ਚਾਦਰ ਦੇਖ ਕੇ ਪੈਰ ਪਸਾਰੋ, ਚਾਦਰ ਦੇਖ ਕੇ ਪੈਰ ਪਸਾਰੋ, ਗੱਲ ਨੂੰ ਕਹਿਣ ਤੋਂ ਪਹਿਲਾਂ ਮਿੱਤਰੋ ਆਪਣੀ ਗੱਲ ਨੂੰ ਆਪ ਵਿਚਾਰੋ, ਮੱਕੜੀ ਵਾਂਗੂ ਰੱਖੋ ਹੌਸਲਾ, ਔਕੜਾਂ ਵੇਖ ਕੇ ਕਦੇ ਨਾ ਹਾਰੋ, ਨਿੰਦਿਆ ਚੁਗਲੀ ਦੋਵੇਂ ਭੈਣਾਂ, ਇੱਕ ਭਜਨੋ ਤੇ ਇੱਕ ਕਰਤਾਰ, ਕਿਰਤ ਕਰੋ ਤੇ ਵੰਡ ਕੇ ਖਾਓ, ਵਿਹਲੇ ਬਹਿ ਮੱਖੀਆਂ ਨਾ ਮਾਰੋ, ਕਿਰਤ ਕਰੋ ਤੇ ਵੰਡ ਕੇ ਖਾਓ, ਵਿਹਲੇ ਬਹਿ ਮੱਖੀਆਂ ਨਾ ਮਾਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਤਾਰ ਸਿੰਘ ਜੱਗੀ, ਔਰ ਪੰਜਾਬੀ ਬੋਲੀ ਨੂੰ ਅਤੇ ਪੰਜਾਬੀ ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਵੀ ਹਾਜ਼ਰ ਹਾਂ ਗੱਲਾਂ ਬਾਤਾਂ ਲੈ ਕੇ, ਬੁੱਧਵਾਰ ਦਾ ਦਿਨ ਆ ਔਰ ਕੋਈ ਨਾ ਕੋਈ ਸੋਸ਼ਲ ਵਿਸ਼ਿਆਂ ਦੀ ਅੱਜ ਗੱਲ ਕਰੀ ਦੀ, ਪਰ ਅੱਜ ਮੈਂ ਥੋੜ੍ਹੀ ਜਿਹੀ ਵੱਖਰੇ ਤਰੀਕੇ ਦੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ। ਚਲੋ ਖੈਰ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤਬੀਅਤ ਥੋੜ੍ਹੀ ਜਿਹੀ ਨਾਸਾਜ ਹੈ, ਇੰਨੀ ਨਹੀਂ ਕਿ ਆਪਾਂ ਗੱਲਬਾਤ ਨਾ ਕਰ ਸਕੀਏ, ਪੂਰੀ ਗੱਲਬਾਤ ਖੁੱਲ੍ਹ ਕੇ ਆਪਾਂ ਕਰ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਲਾਈਨਾਂ ਬੋਲੀਆਂ ਨੇ ਚਾਰ ਬਹੁਤ ਵਧੀਆ ਕਿਸੇ ਸ਼ਾਇਰ ਦੀਆਂ ਲਿਖੀਆਂ ਹੋਈਆਂ, ਬੜੀ ਇਹ 'ਚ ਸੱਚਾਈ ਹੈਗੀ ਹੈ, ਪਰ ਅਸੀਂ ਸੱਚਾਈਆਂ ਮੰਨਣ ਦੀ ਜਿਹੜੀ ਗੱਲ ਹੈ ਉਹ ਕਦੇ ਕਰਦੇ ਨਹੀਂ, ਬਹੁਤ ਘੱਟ ਕਰਦੇ ਹਾਂ। ਚਲੋ, ਅੱਜ ਦਾ ਪਹਿਲਾ ਜਿਹੜਾ ਸੈਗਮੈਂਟ ਹੁੰਦਾ ਜੀ, ਉਹਦੇ 'ਚ ਹੁੰਦੀ ਹੈ ਮੇਲ ਬਾਕਸ, ਸੁਨੇਹੇ ਸੱਜਣਾਂ ਦੇ ਕਹਿਣ ਤੋਂ ਬਾਅਦ ਤੁਹਾਡੇ ਵੱਲੋਂ ਆਈਆਂ ਹੋਈਆਂ ਕੁਛ ਈਮੇਲਸ ਦਾ ਜਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਪਹਿਲਾ ਸਵਾਲ ਜਿਹੜਾ ਜੀ, ਸ਼ਵਿੰਦਰ ਸਿੰਘ ਸਾਂਦਲ ਟੋਰਾਂਟੋ ਤੋਂ, ਇਹਨਾਂ ਨੇ ਪੁੱਛਿਆ ਜੀ, ਇਹ ਕਹਿੰਦੇ ਵੀ ਵਿਆਹ ਵਿੱਚ ਇਹ ਵਾਅਦਾ ਲੜਕੇ ਕੋਲੋਂ ਹੀ ਕਿਉਂ ਲਿਆ ਜਾਂਦਾ ਹੈ ਕਿ ਮੈਂ ਤੁਹਾਡੀ ਬੇਟੀ ਨੂੰ ਖੁਸ਼ ਰੱਖਾਂਗਾ, ਲੜਕੀ ਕੋਲੋਂ ਕਿਉਂ ਨਹੀਂ? ਇਹ ਤਾਂ ਸਵਾਲ ਬੜਾ ਕਸੂਤਾ ਜਿਹਾ ਹੈਗਾ ਜੀ, ਜਦਕਿ ਵਾਅਦਾ ਇਹ ਲੜਕੀ ਕੋਲ ਲੈਣਾ ਚਾਹੀਦਾ। ਮੈਨੂੰ ਲੱਗਦਾ ਇਸ ਕਰਕੇ ਹੋਣਾ, ਉਹਨੂੰ ਪਤਾ ਵੀ ਕੁੜੀਆਂ ਝੂਠ ਨਹੀਂ ਬੋਲਦੀਆਂ, ਬੰਦੇ ਝੂਠ ਜ਼ਿਆਦਾ ਬੋਲਦੇ ਆ, ਇਹਨਾਂ ਕੋਲ ਪਹਿਲਾਂ ਕਹਾ ਲਓ ਵੀ ਸਭ ਸੱਚ, ਵੀ ਉਹਨਾਂ ਨੇ ਝੂਠ ਹੀ ਬੋਲਣਾ, ਵੀ ਖਿਆਲ ਰੱਖੂੰਗਾ, ਖਿਆਲ ਕਿਹੜਾ ਰੱਖਦਾ ਕਿਹੜਾ ਨਹੀਂ ਰੱਖਦਾ, ਕਿੰਨਾ ਕੁ ਰੱਖਦਾ। ਵੈਸੇ ਅਦਰਵਾਈਜ਼ ਜੇ ਦੇਖਿਆ ਜਾਵੇ ਤਾਂ ਖਿਆਲ ਰੱਖਣ ਵਾਲਾ ਵਾਅਦਾ ਅੱਜ ਕੱਲ੍ਹ ਦੇ ਹਿਸਾਬ ਨਾਲ, ਪਹਿਲੇ ਸਮਿਆਂ ਦੇ ਵਿੱਚ ਸੀਗਾ ਕਿ ਜਦੋਂ ਮੁੰਡੇ ਕੋਲ ਵਾਅਦਾ ਲਿਆ ਜਾਂਦਾ ਸੀ, ਕਿਉਂਕਿ ਕੁੜੀ ਡਿਪੈਂਡੈਂਟ ਹੁੰਦੀ ਸੀ ਉੱਤੇ, ਕੁੜੀ ਦਾ ਰੋਜ਼ੀ ਰੋਟੀ ਰੋਟੀ ਉਹਦੇ ਸਿਰ 'ਤੇ ਖਾਣੀ ਹੁੰਦੀ, ਜਿੱਦਣ ਮਾੜੀ ਮੋਟੀ 19 ਹੋਵੇ ਤਾਂ ਉਦੋਂ ਰੋਟੀ ਪਾਣੀ ਬੰਦ ਹੋ ਜਾਂਦਾ ਸੀ। ਹੁਣ ਤਾਂ ਉਹ ਸਮਾਂ ਰਿਹਾ ਹੀ ਨਹੀਂ ਹੈਗਾ, ਹੁਣ ਤਾਂ ਦੋਨਾਂ ਕੋਲ ਵਾਅਦਾ ਲੈਣਾ ਚਾਹੀਦਾ, ਨੌਕਰੀ ਦਾ ਜ਼ਮਾਨਾ ਹੈ, ਅਗਲੀ ਮਾੜੀ ਜਿਹੀ ਵੀ 19 ਹੁੰਦੀ ਹੈ, ਖੁਸ਼ ਰੱਖਣ ਵਾਲੀ ਗੱਲ ਹੀ ਕੋਈ ਨਹੀਂ, ਉਹ ਕਹਿੰਦੇ ਤੂੰ ਆਪਣਾ ਖੁਸ਼ ਮੈਂ ਆਪਣਾ ਖੁਸ਼, ਵੈਸੇ ਬਥੇਰਾ ਖੁਸ਼ ਰਹਿੰਦੇ ਲੋਕ ਅੱਜ ਕੱਲ੍ਹ। ਸੋ ਐਸੀ ਗੱਲ ਨਹੀਂ ਹੈ, ਪਹਿਲੇ ਸਮੇਂ ਦੀਆਂ ਗੱਲਾਂ ਹੈਗੀਆਂ, ਸਮੇਂ ਦੇ ਨਾਲ ਕਾਫੀ ਕੁਛ ਬਦਲ ਗਿਆ ਹੈਗਾ। ਸੋ ਇਹ ਵਾਅਦਾ ਜਿਹੜਾ ਹੈਗਾ ਕਿ ਮੁੰਡੇ ਕੋਲੋਂ, ਮੇਰਾ ਖਿਆਲ ਅੱਜ ਕੱਲ੍ਹ ਤਾਂ ਇਹੋ ਜਿਹਾ ਕੁਛ ਨਹੀਂ ਹੈਗਾ। ਪਹਿਲੇ ਸਮਿਆਂ ਦੇ ਵਿੱਚ ਮਾਂ ਬਾਪ ਕਹਿੰਦੇ ਹੁੰਦੇ ਸੀ ਵੀ ਕਹਿ ਤੂੰ ਮੈਂ ਆਪਣੀ ਬੇਟੀ ਨੂੰ ਖੁਸ਼ ਰੱਖੂੰਗਾ। ਵੈਸੇ ਹੁਣ ਜਿਹੜਾ ਸਮਾਂ ਆ ਗਿਆ ਕਿ ਮੈਂ ਖਬਰ ਪੜ੍ਹ ਰਿਹਾ ਸੀਗਾ, ਉਹਨਾਂ ਨੇ ਉਹ ਜਿਹੜੇ ਵਿਆਹ ਕਰਾਇਆ ਉਹ ਇਹ ਨਹੀਂ ਕਰਾਇਆ ਜਿੱਦਾਂ ਆਪਾਂ ਫੇਰੇ ਕਰਾਉਂਦੇ ਹਾਂ ਜਾਂ ਆਪਾਂ ਆਨੰਦ ਕਾਰਜ ਕਰਾਉਂਦੇ ਹਾਂ ਜਾਂ ਬੇਦੀ ਦੇ ਫੇਰੇ ਕਰਾਉਂਦੇ ਹਾਂ। ਉਹਨਾਂ ਨੇ ਵਿਆਹ ਸਹੁੰ ਜਿਹੜੀ ਖਾਧੀ ਹੈ ਸੰਵਿਧਾਨ ਦੇ ਉੱਤੇ ਹੱਥ ਰੱਖ ਕੇ ਖਾਧੀ ਹੈ, ਕਿ ਜੋ ਕੁਛ ਕਹੂੰਗਾ ਸੱਚ ਕਹੂੰਗਾ, ਸੱਚ ਕੇ ਸਿਵਾ ਕੁਛ ਨਹੀਂ ਕਹੂੰਗਾ। ਦੋਹਾਂ ਨੇ, ਮੁੰਡੇ ਅਤੇ ਕੁੜੀ ਨੇ, ਬੜੀ ਵੱਖਰੀ ਤਰ੍ਹਾਂ ਦਾ ਵਿਆਹ ਹੋਇਆ। ਲਓ ਜੀ, ਅਗਲਾ ਸਵਾਲ ਜਿਹੜਾ, ਦਰਸ਼ਨ ਸਿੰਘ ਲੰਬੜ ਫਰੀ ਮੌਂਟ ਤੋਂ, ਇਹ ਕਹਿੰਦੇ ਨੇ ਵੀ ਜੱਗੀ ਭਾਅ ਜੀ, ਮੈਂ ਬਹੁਤ ਜਲਦੀ ਵਿਆਹ ਕਰਾਉਣਾ ਚਾਹੁੰਦਾ ਹਾਂ। ਲਓ ਜੀ, ਇਹ ਤਾਂ ਚਲੋ ਚੰਗੀ ਗੱਲ ਹੈ, ਹੁਣ ਅਸੀਂ ਰੋਕ ਥੋੜ੍ਹੀ ਸਕਦੇ, ਬੰਦਾ ਜੇ ਹੁਣ ਕਹਿੰਦੇ ਹੁੰਦੇ ਆ ਵੀ ਸਿਆਣੇ ਕਹਿੰਦੇ ਹੁੰਦੇ ਵੀ ਜਦੋਂ ਟਾਈਮ ਆ ਗਿਆ ਬੰਦੇ ਦਾ ਉਦੋਂ ਰੋਕ ਨਹੀਂ, ਮਤਲਬ ਟਾਈਮ ਆ ਗਿਆ, ਇਹ ਨਹੀਂ ਮਾੜਾ ਟਾਈਮ ਆ ਗਿਆ, ਚੰਗਾ ਟਾਈਮ ਆ ਗਿਆ ਜਾਂ ਮਾੜਾ ਟਾਈਮ ਆ ਗਿਆ, ਉਹਨੂੰ ਰੋਕ ਕੋਈ ਨਹੀਂ ਸਕਦਾ, ਵਿਆਹ ਤੁਸੀਂ ਕਰਾਓ। ਪਰ ਸਵਾਲ ਤੁਹਾਡਾ ਕੀ ਹੈ ਕਿ ਪਰ ਮੇਰੀ ਪਸੰਦ ਦੀ ਲੜਕੀ ਨਹੀਂ ਮਿਲਦੀ, ਇਹ ਵੀ ਸਮੱਸਿਆ ਹੈਗੀ ਹੈ ਜੀ, ਉਹਨੂੰ ਪਸੰਦ ਤੁਹਾਡੀ ਪਤਾ ਨਹੀਂ ਕੀ ਹੋਣੀ ਹੈ। ਕਹਿੰਦਾ ਵੀ ਜਦੋਂ ਮੇਰੀ ਪਸੰਦ ਦੀ ਲੜਕੀ ਮਿਲ ਗਈ ਤਾਂ ਮੈਂ ਉਹਦੇ ਨਾਲ ਵਿਆਹ ਕਰਾ ਕੇ ਉਹਦੀ ਯਾਦ ਵਿੱਚ ਤਾਜ ਮਹਿਲ ਬਣਾਊਂਗਾ। ਇਹ ਤਾਜ ਮਹਿਲ ਵਾਲੇ ਕੰਮ ਪਹਿਲਾਂ ਹੀ ਹੁੰਦੇ ਜੀ, ਵਿਆਹ ਤੋਂ ਬਾਅਦ ਤਾਜ ਮਹਿਲ ਕਿਹੜਾ, ਪਹਿਲਾਂ ਤਾਰੇ ਤੁਰੇ ਜਿਹੜੇ ਤੋੜਨ ਵਾਲਾ ਕੰਮ ਹੁੰਦਾ ਅਤੇ ਉਹ ਤਾਂ ਵਿਆਹ ਤੋਂ ਪਹਿਲਾਂ ਹੀ ਹੁੰਦਾ, ਬਾਅਦ ਦੇ ਵਿੱਚ ਤਾਂ ਫਿਰ ਅਮਰੂਦ ਮਰਾ ਤੋੜਨ ਵਾਲਾ ਕੰਮ ਹੋ ਗਿਆ ਜਾਂ ਭੱਜ ਕੇ ਬੇਰ ਤੋੜ ਲਿਆ ਉਹ ਕੰਮ ਹੋ ਗਿਆ। ਅਤੇ ਇਹ ਤਾਜ ਮਹਿਲ ਵਾਲੀ ਗੱਲ ਹੈ ਜਿਹੜੀ, ਇਹ ਬੰਦੇ ਪਹਿਲਾਂ ਕਹਿੰਦੇ ਨੇ ਉਹਨੇ ਬਣਵਾ ਤਾ, ਇੱਕ ਨੇ ਬਣਵਾਇਆ, ਪਰ ਉਹਨੇ ਵੀ ਜਿਹੜਾ ਬਣਵਾਇਆ ਜੇ ਉਹਦੀ ਹਿਸਟਰੀ ਬੋਲੀਏ ਅਤੇ ਉਹਨੇ ਵੀ ਆਪਦੀ ਘਰਵਾਲੀ ਨੂੰ ਮਾਰ ਕੇ ਅਤੇ ਆਪਦੀ ਸਾਲੀ ਨੂੰ, ਸਾਲੀ ਦੇ ਉਹ 'ਚ ਬਣਾਇਆ ਸੀਗਾ, ਸਾਲੀ ਨਾਲ ਵਿਆਹ ਕਰਾ ਕੇ। ਇਹ ਵਿਆਹ ਤੋਂ ਪਹਿਲਾਂ ਬੰਦਾ ਕਹਿੰਦਾ ਵੀ ਕਿਸਮਤ ਤੋਂ ਹੈ ਪਰ ਤਕਦੀਰ ਨਹੀਂ ਮਿਲਤੀ, ਵਿਆਹ ਤੋਂ ਪਹਿਲਾਂ ਅਕਸਰ ਇਹ ਬੰਦਾ ਕਹਿੰਦਾ ਹੈ ਸ਼ੇਰ, ਕਿਸਮਤ ਤੋਂ ਹੈ ਪਰ ਤਕਦੀਰ ਨਹੀਂ ਮਿਲਤੀ, ਤਾਜ ਮਹਿਲ ਬਣਾਉਣਾ ਚਾਹਤਾ ਹੂੰ ਮੁਮਤਾਜ ਨਹੀਂ ਮਿਲਤੀ। ਅਤੇ ਫਿਰ ਸ਼ੁਰੂ ਹੋ ਜਾਂਦਾ ਜਦੋਂ ਕਿਤੇ ਨਾ ਕਿਤੇ ਕੁੜੀ ਮਿਲ ਜਾਂਦੀ, ਜਦੋਂ ਤੁਹਾਨੂੰ ਵੀ ਕੋਈ ਕੁੜੀ ਮਿਲ ਗਈ ਫਿਰ ਸ਼ੁਰੂ ਹੋ ਜਾਣਾ ਕੰਮ, ਕਿ ਵਿਆਹ ਵੀ ਹੋ ਜਾਣਾ ਜਦੋਂ ਵਿਆਹ ਤੋਂ ਪਹਿਲਾਂ ਇਹ ਹੋ ਜਾਣਾ ਕਿ ਤਕਦੀਰ ਤਾਂ ਹੈ ਪਰ ਕਿਸਮਤ ਨਹੀਂ ਖੁੱਲ੍ਹਦੀ।
तकदीर तो है पर किस्मत नहीं खुलती, शादी करना चाहता हूँ मुमताज नहीं मानती। चलो मुमताज भी मान गई, शादी भी हो गई, विवाह तो बाद फिर कहते भी किस्मत तो है पर तकदीर नहीं खुलती, किस्मत तो है पर तकदीर नहीं खुलती, ताज महल बनाना चाहता हूँ मुमताज ही नहीं मरती। फिर यह होंगे भी मरू तो उस बाद यदि आत बनाऊंगा, वैसे इदा नहीं कहना चाहिए, विवाह तो बाद यह कहना चाहिए कि तकदीर किस्मत तो है तकदीर नहीं खुलती, ताज महल बनाना चाहता हूँ, पैसे ही नहीं बचे, ब्याज पैसे लग गए, मतलब जिन्ने के पैसे बचे आ वो ताजमहल व्डा तो बनना बहुत दूर की गल है। जिमें आप पहला रेता पैर ते रख के घर नहीं बनाता सही, रेता पैर ते रख के गिली रेता दे नाल घर बनाते होंगे, बड़ा वो भी एक याद करने वाली चीज़ है, उस रेता का ताजमहल बन जूगा मेरे ख्याल, वैसे पैसों का नहीं बनना। वैसे भी तो कहते भी जो ताज उन्हें बनाया सी शाहजहां ने ताजमहल बना के, उसने ताजमहल में देखा, संगमरमर में देखा, दीवारों में देखा, उच्चे उच्चे मीनारों में देखा, सारा कुछ देखने तो बाद शाहजहां बोलिया सारा खर्चा कुछ ज्यादा ही हो गया। ये चलो उन्होंने बनाया ताजमहल, तुम बनाओ जी, चाहे मैं कहना अजकल तो भले का कम करो, ताजमहल कि फायदा, तुम ए करो भी आपकी महबूबा की याद जी ने ब्याह कराओगे, गलियां गुलियां पक्कियां करा दो पिंड दियां, वो वधिया रहणियां, होर की। चलो जी अगला जिहड़ा हैगा वो सवाल है सीरत कौर धालीवाल रीनो तो, बड़ा टैक्नीकल सवाल, बड़ा ही स्पेसिफिकेटेड सवाल है। ये कहते जी की कोई यहोजा शीशा बन सकता है जो बंदे दी शकल दिखाने की बजाए बंदे दा करैक्टर दिखाए। वाह 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 वाह, क्या सवाल है, क्या सवाल है जी। बिल्कुल जी यहोजा शीशा बनना चाहिए, साइंसदान जिते चीना वाले चाइना वाले कई कुछ बनाते यहोजा शीशा भी बना देंगे। वैसे बहुत सारिया चीज़ा तो आ गई ने यहोजियां, बंदे दे करैक्टर का पता लग जाता, वैसे तो हाव भाव तो बंदे दे करैक्टर का पता लग जाता, कपड़े पहनने तो गलबात तरीके तो पता लग जाता, पर जे यहोजा शीशा आ गया तो हाल देखो पंजाब दे विच की होगा। माड़ा जिहा किसी लीडर मूहरे करोगे तो शीशे ने गाली हो पैना, उन्हें पता नहीं की कुछ फोड़ देना, किड़े किड़े करैक्टर दिखाने, किन्ना कुछ वो निकलना, कि पुलिस वाले मूहरे करोगे तो किन्ना कुछ निकलना, किन्ना कुछ पता नहीं की कुछ होना। वैसे भी निखत्र गिल का गीत आया सी शीशे ने, मतलब वो शीशे का ही सीगा भी शीशा जे बोलता हों भी तेरी तारीफ उन्हें बहुत करनी सी, शीशे का डोल जाना सी ईमान शीशा जे बोलता हों, वो तो बोलता शीशा, वैसे कहते भी शीशा सच बोलता, आम तौर पर कहते भी शीशा सच बोलता, जो बोलता सच बोलता, पर मैं ये कहना भी शीशा सब तो वध झूठ बोलता। हुण शीशे देखो तुहाडा, मेरी पग जिहड़ी उह पुट्ठी दिखांदा, इधरला लाल इधर दिखाता, इधरला सज्जे तुहानूं खब्बा दिखाउंदा, खब्बे तुहानूं सज्जा दिखाउंदा। चलो खैर शीशे की गलबात जिहड़ी हैगी है जी, ये सवाल तुहाडा बहुत वधिया, इहो जिहा कुछ शीशा होना चाहिए जदों खास तौर पर लीडर वोटां दे विच खड़दे आ उदों उन्होंने दिखाया जाए तो उन्होंने करैक्टर का पता लगे, फिर यहोजा शीशा जो आ गया तो ची वाला हाल होना, जो फिलपाइन आप कल गल करते जो हम किसी घर वाले दे अगे रखता मुंडे ने, कुड़ी ने रखता मुंडे अगे, जिन्हें विआह भी करवाना हों, अजकल तो जानता ही है, चलो फिर भी तो फिर की हाल होना वो जो की करैक्टर दिसना हूँ पता नहीं, रब ही जानता। चलो जी हरजिंदर कौर न्यू जर्सी तो, इन्होंने पूछा जी कि की पंजाब विच सरकारां दा सुधार हो सकता है। हो सकता जी, हो सकता, क्योंकि पहला कहिंदे हुंदे सी भी कुत्ते दी पूछ जिहड़ी आ उह पाइप च भी 12 साल पाई रखो तो फिर भी टेढ़ी टेढ़ी रहिंदी है, पर अजकल सीधी सीधियां पूछां वाले कुत्ते आ गए आ, जे सीधी पूछ वाले कुत्ते आ सकते लीडरां च वी सुधार हो सकता आउण वाले समें दे विच हो जाए, पर इह लीडर जिहड़े हैगे ने आपां अक्सर देखदे आ ये कहेंगे भी अगले 5 साल साड़ी सरकार होर बना दिओ तो असी फिर जिहड़ा बदलाव कर देंगे, सुधार कर देंगे, आ कर देंगे, वो कर देंगे, तो जिहड़े पहला राज कीता तुसीं 5-5 साल किन्नी वारी भी उदों क्यों नहीं किया। इन्हां दा भी उस एक मुंडे ने कुड़ी नूं प्रपोज किया, कहिंदा जी मैं थोड़े नाल विआह कराउणा चाहुंदा, कुड़ी सियाणी सी कहिंदी भी आपां विआह नहीं करा सकदे, मैं तेरे नाल विआह नहीं करा सकदी, मैं तेरे नालों 5 साल वड्डी हाँ। तो मुंडा भोली जनता वर्गा उदो बोलिया कहिंदा भी कोई नहीं जी मैं 5 साल उड़ीक कर लैंदा, वेट कर लूँगा। तो कहिंदी 5 साल बाद तू कल्ले ने थोड़ी बदलना हुण 5 साल, भी मैं उत्थे रुक जाना तो 5 साल, मैं भी 5 साल बाद मैं भी तो 5 साल वड्डी फे हो जाना, कहिंदा हो ये तो मैं सोचे नहीं। सो यही हाल है साडे लीडरां दा, साडियां सरकारां दा हैगा, भी वह 5 साल बाद जरूर कहिंदे करांगे, तो यह नहीं पता भी 5 साल बाद उही सारा कुछ फे हो ही जाना।
ਚਲੋ ਖੈਰ, ਇੱਕ ਹੈਗਾ ਜੀ ਅਜਮਲ ਪਰਦੇਸੀ ਸਾਹਿਬ ਵਰਜੀਨੀਆ ਤੋਂ। ਇਹ ਕਹਿੰਦੇ ਜੀ ਮੈਂ ਸੁਣਿਆ ਕਿ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਡਰਾਵਣੇ ਸੁਪਨੇ ਦੇਖਦੀਆਂ। ਇਹ ਸੁਣਿਆ ਨਹੀਂ, ਇਹ ਰਿਸਰਚ ਵੀ ਹੈਗੀ ਆ। LA ਦੇ ਵਿੱਚ ਕਿਸੇ ਨੇ ਰਿਸਰਚ ਕੀਤੀ ਸੀਗੀ, ਲੋਸ ਏਂਜਲਸ ਦੇ ਵਿੱਚ, ਵੀ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਡਰਾਵਣੇ ਸੁਪਨੇ ਦੇਖਦੀਆਂ, ਜੋ ਸੁਪਨੇ ਦੇਖਦੀਆਂ ਉਹਨਾਂ ਨੂੰ ਜ਼ਿਆਦਾ ਡਰਾਉਣੇ ਸੁਪਨੇ ਆਉਂਦੇ ਆ। ਇਹਦਾ ਕਾਰਨ ਹੁਣ ਮੈਂ ਕੀ ਦੱਸ ਸਕਦਾ ਜੀ, ਇਹਦਾ ਮਤਲਬ ਇਹੀ ਹੋ ਸਕਦਾ ਵੀ ਬੰਦਾ ਦਿਨੇ ਵੀ ਡਰਦਾ ਰਹਿੰਦਾ ਤਾਂ ਉਹਨੇ ਰਾਤ ਨੂੰ ਸੁਪਨਾ ਡਰਾਉਣਾ ਕਿੱਥੋਂ ਆਉਣਾ, ਜੇ ਨਹੀਂ ਸੱਚੀ ਦਿਨੇ ਡਰਦਾ ਰਹਿੰਦਾ ਅਤੇ ਔਰਤਾਂ ਨੇ ਆਉਣ ਦਿਨੇ ਕੋਈ ਫਰਕ ਨਹੀਂ ਹੁੰਦਾ, ਤਾਂ ਮੁੜ ਕੇ ਰਾਤ ਸੁਪਨੇ ਡਰਾਉਣੇ ਆਉਂਦੇ ਨੇ। ਵੈਸੇ ਵੀ ਕਹਿੰਦੇ ਵੀ ਕੋਈ ਭੱਲਾ ਸਾਹਿਬ ਦਾ ਜੋਕ ਆ ਕਿ ਉਹ ਕੋਈ ਘਰਵਾਲੀ ਕਹਿੰਦੀ ਰਾਤ ਨੂੰ ਆਪਦੇ ਘਰਵਾਲੀ ਨੂੰ ਵੀ ਮੇਰੇ ਵੱਲ ਨੂੰ ਮੂੰਹ ਕਰਕੇ ਸੌਂ, ਮੈਨੂੰ ਡਰ ਲੱਗਦਾ ਹੈ। ਉਹ ਕਹਿੰਦਾ ਬੱਲੇ ਨਹੀਂ ਭੱਟੀਏ ਚਲਾ ਕੇ, ਮੈਂ ਤੇਰੇ ਵੱਲ ਨੂੰ ਮੂੰਹ ਕਰਕੇ ਸੌਂਵਾ, ਤੂੰ ਆਰਾਮ ਨਾਲ ਸੋ ਜਾ, ਮੈਂ ਸਾਰੀ ਰਾਤ ਡਰਦਾ ਰਹਾਂ ਤੇਰਾ ਮੂੰਹ ਦੇਖ ਦੇਖ ਕੇ। ਸੋ ਡਰਾਉਣੇ ਸਪਨੇ ਮੇਰੇ ਖਿਆਲ ਇਸ ਕਰਕੇ ਹੀ ਆਉਂਦੇ ਨੇ, ਲੇਡੀ ਜਿਹੜੀਆਂ ਸੋਰੀ ਉਹ ਸੋਚਦੀਆਂ ਜ਼ਿਆਦਾ, ਉਹਨਾਂ ਦੇ ਸੋਚਣ ਦਾ ਤਰੀਕਾ ਜਾਂ ਪੈਣ ਲੱਗੇ ਜਿਹੜੀ ਚੀਜ਼ ਬੰਦਾ ਸੋਚਦਾ ਵੀ ਉੱਦਾਂ ਦੇ ਸੁਪਨੇ ਆਉਂਦੇ ਨੇ। ਪਰ ਸੁਪਨੇ ਦਾ ਕੋਈ ਪਤਾ ਨਹੀਂ ਕਿੱਥੋਂ ਸ਼ੁਰੂ ਹੁੰਦਾ, ਕਿਹੜਾ ਕਿਹੜਾ ਵਿੱਚ ਆ ਜਾਂਦਾ, ਕੀ ਹੋਇਆ ਕੀ ਨਹੀਂ ਹੁੰਦਾ। ਬੰਦਾ ਜਹਾਜੇ ਬਹਿਣ ਲੱਗਦਾ, ਉੱਧਰੋਂ ਸਾਈਕਲ ਦੀ ਚੇਨ ਉੱਤਰ ਜਾਂਦੀ ਹੈ, ਕੁਛ ਨਹੀਂ ਪਤਾ ਲੱਗਦਾ, ਪੱਠੇ ਵੱਢਣ ਲੱਗਦਾ ਅਤੇ ਉੱਧਰੋਂ ਮੀਟਿੰਗ ਚੱਲ ਰਹੀ ਹੁੰਦੀ ਟਰੰਪ ਸਾਹਿਬ ਨਾਲ, ਉਹ ਇਹੋ ਜਿਹੇ ਕੁਛ ਨਾ ਕੁਛ ਟਰੰਪ ਸਾਹਿਬ ਨਾਲ ਮੀਟਿੰਗ ਚੱਲਦੇ ਚੱਲਦੇ ਬੰਦਾ ਕਿਤੇ ਪਿੰਡ ਖੇਤਾਂ 'ਚ ਪਹੁੰਚ ਜਾਂਦਾ, ਉੱਥੇ ਪਾਣੀ ਲਾਈ ਜਾਂਦਾ ਹੁੰਦਾ। ਇਹੋ ਜਿਹੇ ਸੁਪਨੇ ਮਨਸਵਨੇ ਹੁੰਦੇ ਆ। ਬਹੁਤ ਵਾਰੀ ਤੁਹਾਡੇ ਨਾਲ ਸਾਂਝੇ ਕਰੀ ਦੇ ਸੁਪਨੇ, ਸੁਪਨਿਆਂ ਦੀ ਗੱਲ ਫੇਰ ਕਰਾਂਗੇ। ਅੱਜ ਬ੍ਰੇਕ ਤੋਂ ਬਾਅਦ ਇੱਕ ਐਸਾ ਵਿਸ਼ਾ ਲਿਆਉਣਾ ਜਿਹੜਾ ਸਾਡੇ ਨਾਲ ਹੀ ਸੰਬੰਧਿਤ ਹੈਗਾ, ਸਾਰਿਆਂ ਦੇ, ਸਾਡੇ ਨਾਲ ਤੋਂ ਭਾਵ ਵੀ ਅਸੀਂ ਸਾਰੇ ਪੰਜਾਬ ਤੋਂ ਆਏ ਹਾਂ। ਜਿਹੜੇ ਉੱਧਰਲੇ ਪੰਜਾਬ ਦੇ ਕੋਈ ਲੋਕ ਦੇਖਦੇ ਹੋਣਗੇ ਪ੍ਰੋਗਰਾਮ, ਲਹਿੰਦੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ, ਅਤੇ ਸਾਰੇ ਹੈ ਪੰਜਾਬੀ ਹੋਈ ਆ। ਪੰਜਾਬ ਪੰਜਾਬ ਹੀ ਹੈ, ਚਾਹੇ ਉਹ ਲਹਿੰਦਾ ਪੰਜਾਬ ਆ ਅਤੇ ਚਾਹੇ ਉਹ ਹੈਗਾ ਚੜ੍ਹਦਾ ਪੰਜਾਬ। ਪੰਜਾਬੀ ਪੰਜਾਬੀ ਹੋਈ ਆ, ਚਾਹੇ ਉਹ ਲਹਿੰਦੇ ਪੰਜਾਬ 'ਚ ਬੈਠੇ ਆ, ਚਾਹੇ ਉਹ ਚੜ੍ਹਦੇ ਪੰਜਾਬ 'ਚ ਬੈਠੇ ਆ, ਅਤੇ ਚਾਹੇ ਉਹ ਬਾਹਰਲੇ ਮੁਲਕਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਬੈਠੇ ਆ, ਕਿਸੇ ਵੀ ਕੰਟਰੀ ਦੇ ਵਿੱਚ। ਸਾਡੀ ਬੈਕਗਰਾਊਂਡ ਸਭ ਦੀ ਤਕਰੀਬਨ ਇੱਕੋ ਹੀ ਹੈ, ਸੇਮ ਹੈ। ਜੇ ਅਸੀਂ ਗੱਲ ਕਰੀਏ ਆਉਣ ਵਾਲੇ ਨਿਆਣੇ ਨੂੰ ਤਾਂ ਇਹ ਚੀਜ਼ਾਂ ਨਹੀਂ ਪਤਾ ਹੋਣੀਆਂ, ਹੁਣ ਮਾੜਾ ਮੋਟਾ ਜਿਹੜਾ ਕੋਈ ਪ੍ਰੋਗਰਾਮ ਦੇਖਦੇ ਹੋਣਗੇ, ਨਿਆਣੇ ਕੁਛ ਪਰਸੈਂਟ ਦੇਖਦੇ ਨੇ, ਅਤੇ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗਦੀਆਂ, ਪੁੱਛਦੇ ਨੇ ਬਹੁਤ ਸਾਰੇ ਨਿਆਣੇ ਔਰ ਪਿੰਡਾਂ ਵਿੱਚ ਜਾਂਦੇ ਨੇ ਜਦੋਂ। ਪਰ ਹੁਣ ਤਾਂ ਪਿੰਡ ਜਾਣਾ ਹੀ ਔਖਾ ਹੋ ਗਿਆ, ਪਿੰਡ ਜਾਣਾ ਬਹੁਤ ਘੱਟ ਗਿਆ ਸਾਰਿਆਂ ਦਾ। ਪਿੰਡ ਬਾਹਲੇ ਲੋਕਾਂ ਨੂੰ ਪੁੱਛੀਏ ਤਾਂ ਕਹਿੰਦੇ ਵੀ ਪਿੰਡ ਹੈ ਕੋਈ ਨਹੀਂ, ਜਾਈਏ ਕਿਹਦੇ ਕੋਲ। ਪਰ ਫਿਰ ਵੀ ਅਸੀਂ ਗਾਹੇ ਵਗਾਹੇ ਸਾਡੇ ਪੰਜਾਬੀ ਜਿਹੜੇ ਹੈਗੇ ਨੇ, NRA ਹੈਗੇ ਨੇ, ਉਹ ਆਪਣੇ ਪਿੰਡਾਂ ਨੂੰ ਯਾਦ ਰੱਖਦੇ ਨੇ, ਆਪਣੇ ਪਿੰਡਾਂ ਵਾਸਤੇ ਕੁਛ ਨਾ ਕੁਛ ਕਰਦੇ ਰਹਿੰਦੇ ਨੇ। ਮੈਂ ਆਪਣੇ ਪਿੰਡਾਂ ਦੀ ਇੱਕ ਐਸੀ ਸਮੱਸਿਆ ਦਾ ਅੱਜ ਜ਼ਿਕਰ ਕਰਨਾ ਹੈ ਜਿਹੜੀ ਕਿ ਸਾਰੀਆਂ ਚੀਜ਼ਾਂ 'ਤੇ ਭਾਰੀ ਪਈ ਹੋਈ ਆ। ਜਿਹਨੇ ਸਾਰਾ ਕੁਛ ਹਿਲਾ ਕੇ ਰੱਖਿਆ ਪਿਆ, ਪੰਜਾਬ ਦਾ ਵੀ, ਭਾਰਤ ਦਾ ਵੀ, ਅਤੇ ਅਸੀਂ ਪਰ ਗੱਲ ਕਰਨੀ ਪੰਜਾਬ ਦੀ, ਪੰਜਾਬ ਦੇ ਵਿੱਚ ਇਹ ਸਮੱਸਿਆ ਕਿਉਂ, ਜਦਕਿ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ 100 ਸਾਲ, 2 ਸਾਲ, ਜੋ 200 ਸਾਲ, 400 ਸਾਲ ਦੇ ਵਿੱਚ ਇਹੋ ਜਿਹੀ ਸਮੱਸਿਆ ਇਹ ਨਹੀਂ ਆਈ, ਜਿਹੋ ਜਿਹੀ ਇਸ ਵਾਰ ਆਈ ਹੈ, ਅਤੇ ਕੀ ਕਾਰਨ ਹੈ। ਇਹੋ ਜਿਹੀ ਗੱਲਬਾਤ ਅੱਜ ਕਰਨ ਦੀ ਕੋਸ਼ਿਸ਼ ਕਰਨੀ ਤੁਹਾਡੇ ਨਾਲ। ਉਮੀਦ ਕਰਦਾ ਇਹਦਾ ਵਿਸ਼ਾ ਵੀ ਤੁਹਾਨੂੰ ਵਧੀਆ ਲੱਗੂਗਾ। ਬ੍ਰੇਕ ਤੋਂ ਬਾਅਦ ਨਾਲ ਨਾਲ ਵਿਸ਼ਾ ਲੈ ਕੇ ਅਤੇ ਨਾਲ ਨਾਲ ਆਪਾਂ ਕਰਨਾ ਵਾਲੇ ਪਾਸੇ ਚੱਲ ਜਾਣਾ। ਅੱਜ ਥੋੜ੍ਹਾ ਜਿਹਾ ਤੁਸੀਂ ਜ਼ਿਆਦਾ ਬੋਲਣਾ, ਮੈਂ ਥੋੜ੍ਹਾ ਜਿਹਾ ਘੱਟ ਬੋਲਣਾ, ਠੀਕ ਹੈ ਜੀ? ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਅਤੇ ਕਰਦੇ ਹਾਂ ਇਹਦੀ ਗੱਲਬਾਤ ਸ਼ੁਰੂ। ਅਤੇ ਇੱਕ ਸ਼ੇਅਰ ਮੈਨੂੰ ਕਿਸੇ ਨੇ ਲਾਈਨਾਂ 'ਚ ਲਿਖ ਕੇ ਭੇਜੀਆਂ, ਕਹਿੰਦੇ ਵੀ ਸਬਜ਼ੀਆਂ ਬਹੁਤ ਬਾਜ਼ਾਰ ਦੇ ਵਿੱਚ ਪਈਆਂ, ਪਰ ਸਭ ਦਾ ਹੈ ਸਰਦਾਰ ਗੰਡਾ। ਸਮਝ ਗਏ ਹੁਣ ਹੁਣ ਗੱਲਬਾਤ ਸਾਰੀ? ਸਬਜ਼ੀਆਂ ਬਹੁਤ ਵਿੱਚ ਬਾਜ਼ਾਰ ਪਈਆਂ, ਪਰ ਸਭ ਦਾ ਹੈ ਸਰਦਾਰ ਗੰਡਾ। 20-30 ਨੂੰ ਜਿੱਥੇ ਸੀ ਮੁੱਲ ਵਿਕਦਾ, ਹੁਣ 200 ਤੋਂ ਹੋ ਗਿਆ ਪਾਰ ਗੰਡਾ। ਰਸੋਈ ਵਿੱਚ ਤੜਕੇ ਲੱਗਣੇ ਹੋਏ ਮੁਸ਼ਕਲ, ਸਵਾਦ ਜੀਭ ਦਾ ਗਿਆ ਵਿਸਾਰ ਗੰਢਾ। ਜਮਾਂ ਖੋਰ ਅੱਜ ਮਾਣਦੇ ਪਏ ਮੌਜਾਂ 'ਤੇ ਰਿਹਾ ਗਰੀਬ ਨੂੰ ਜਿਉਂਦਿਆਂ ਮਾਰ ਗੰਢਾ। ਮੁਸ਼ਕਲਾਂ ਹੋਰ ਵੀ ਬਹੁਤ ਕਨੇਰੀਆਂ ਨੇ, ਪਰ ਅੱਜ ਸਭ 'ਤੇ ਬਣ ਗਿਆ ਭਾਰ ਗੰਢਾ। ਅੱਜ ਸਭ 'ਤੇ ਬਣ ਗਿਆ ਭਾਰ ਗੰਢਾ। ਲਓ ਜੀ, ਗੰਢੇ ਦੀ ਕਹਿੰਦੇ ਵੀ ਵੈਸੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੁੰਦੀ ਹੈ, ਅਤੇ ਗੰਢੇ ਦੀ ਤਾਂ ਹੁਣ 2-4 ਸਾਲ ਬਾਅਦ ਹੀ ਸੁਣੀ ਜਾਣ ਲੱਗ ਪਈ। ਪੰਜਾਬ ਦੇ ਵਿੱਚ ਵੀ, ਭਾਰਤ ਦੇ ਵਿੱਚ ਪਿਆਜ਼ਾਂ ਦਾ ਬਹੁਤ ਬੁਰਾ ਹਾਲ ਹੈ। ਪਿਆਜ਼ ਜਿਹੜੇ ਕਹਿੰਦੇ, ਹੁਣ ਤਾਂ ਟਮਾਟਰ ਵੀ ਮਹਿੰਗੇ ਹੋ ਗਏ, ਆਲੂ ਵੀ ਮਹਿੰਗੇ ਹੋ ਗਏ ਨੇ ਬਹੁਤ। ਅਤੇ ਪਿਆਜ਼ਾਂ ਦੀ ਗੱਲ ਕਰੀਏ ਤਾਂ ਪਿਆਜ਼ ਕਹਿੰਦੇ, ਪਿਆਜ਼ ਦੇ ਭਾਅ ਜਿਹੜੇ ਉਹ ਅਸਮਾਨ ਨਾਲ ਗੱਲਾਂ ਕਰ ਰਹੇ, ਤਾਂ ਅਸਮਾਨ ਅੱਗੇ ਉਹ ਜਵਾਬ ਹੀ ਨਹੀਂ ਦਿੰਦਾ। ਕਹਿੰਦਾ ਵੀ ਭਰਾਵਾ ਮੈਨੂੰ ਨਹੀਂ ਪਤਾ ਕੁਛ ਤੇਰਾ, ਮੈਂ ਕੀ ਜਵਾਬ ਦੇਵਾਂ, ਕਿਉਂ ਤੇਰੇ ਭਾਅ ਚੜ੍ਹੇ ਨੇ। ਪਿਆਜ਼ਾਂ ਦੇ ਵੀਡੀਓ ਬਹੁਤ ਆ ਰਹੀਆਂ ਨੇ। ਇੱਕ ਆਟੋ ਰਿਕਸ਼ਾ ਵਾਲਾ ਉਹ ਸਵਾਰੀਆਂ ਲਾਉਂਦਾ, ਅਤੇ ਉਹਨੂੰ ਮੁੜ ਕੇ ਉਹ ਪਿਆਜ਼ ਦਿੰਦਾ, ਵੱਡਾ ਪਿਆਜ਼ ਦਿੰਦਾ, ਅਤੇ ਉਹ ਫਿਰ ਛੋਟੇ ਦੋ ਦੋ ਪਿਆਜ਼ ਵਾਪਸ ਕਰ ਦਿੰਦਾ।
ਇੱਕ ਮੋਦੀ ਸਾਹਿਬ 5 ਮਿਲੀਅਨ ਦਾ ਲਿਖ ਰਹੇ ਨੇ ਕਿਤੇ, ਮੈਂ 5 ਮਿਲੀਅਨ ਤਾਂ ਨਾਲ ਰੱਖੇ ਹੋਏ ਨੇ ਗੱਠੇ ਦੇ ਨਾਲ, ਆਪਦੀ ਸੈਕਟਰੀ ਨੂੰ ਪੁੱਛਦੇ ਨੇ ਵੀ 5 ਮਿਲੀਅਨ 'ਚ ਕਿੰਨੇ ਪਿਆਜ਼ ਪੈਣੇ ਆ, ਲੱਗਣੇ ਆ, ਮਤਲਬ ਜੀਰੀਆਂ ਕਿੰਨੀਆਂ ਲੱਗਣੀਆਂ। ਅਤੇ ਉੱਦਾਂ ਵੀ ਪੰਜਾਬ ਦੇ ਵਿੱਚ ਪਿਆਜ਼ ਦਾ ਜਿਹੜਾ ਕਾਫੀ ਬੁਰਾ, ਬੜਾ ਕੁਛ ਸੋਸ਼ਲ ਮੀਡੀਆ 'ਤੇ ਪਿਆਜ਼ ਬਾਰੇ ਚੱਲਦਾ, ਪਰ ਮਹਿੰਗਾ ਹੈਗਾ ਠੀਕ ਹੈ। ਪਰ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ, ਸੋਚਣ ਵਾਲੀ ਗੱਲ ਇਹ ਹੈ, ਅਸੀਂ ਸਾਰੇ ਹੀ ਬੈਕਗ੍ਰਾਊਂਡ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਪੰਜਾਬ ਦੀ, ਤਕਰੀਬਨ ਖੇਤੀਬਾੜੀ ਨਾਲ ਸੰਬੰਧਿਤ ਹੈਗੀ ਆ। ਜ਼ਿਆਦਾ ਦੂਰ ਨਾ ਜਾਈਏ, 15 ਕੁ ਸਾਲ 15 ਕੁ 20 ਸਾਲ ਹੀ ਪਿੱਛੇ ਚੱਲ ਜਾਓ ਪੰਜਾਬ 'ਚ। ਪੰਜਾਬ 'ਚ ਹੀ ਆ ਗੰਢਿਆਂ ਦਾ ਬੁਰਾ ਹਾਲ ਹੋਣਾ। ਪੰਜਾਬ 'ਚ ਕੋਈ ਐਸਾ ਘਰ ਨਹੀਂ ਹੋਇਆ ਜਿਹੜਾ ਕਹੇਗਾ ਨਹੀਂ ਜੀ ਮੈਂ ਬੀਜੇ ਸੀ ਮੇਰੇ ਕੋਲ ਪਏ ਨੇ। ਪੰਜਾਬ 'ਚ ਮੇਰਾ ਨਹੀਂ ਖਿਆਲ ਕੋਈ ਐਸਾ ਘਰ ਹੋਊਗਾ। 20 ਸਾਲ ਪਹਿਲਾਂ ਚੱਲ ਜਾਈਏ ਪਿੱਛੇ, ਅਤੇ ਉਦੋਂ ਤਕਰੀਬਨ ਖੇਤ ਕਿਸੇ ਕੋਲ ਇੱਕ ਹੈ, ਚਾਹੇ ਕਿਸੇ ਕੋਲ 100 ਖੇਤ ਆ, ਚਾਹੇ ਕੋਈ 200 ਖੇਤ ਆ, ਚਾਹੇ 20 ਖੇਤ ਨੇ, ਚਾਹੇ 5 ਖੇਤ ਨੇ, ਚਾਹੇ 4 ਖੇਤ ਨੇ। ਮੋਟਰ ਦੇ ਕੋਲ ਇੱਕ ਜਗ੍ਹਾ ਜ਼ਮੀਨ ਜਾਇਦਾਦ 2-4 ਕਨਾਲਾਂ 1-2 ਕਨਾਲਾਂ ਇਹੋ ਜਿਹੀਆਂ ਰੱਖੀਆਂ ਹੁੰਦੀਆਂ ਸੀ ਹਰ ਬੰਦੇ ਨੇ, ਜਿੱਥੇ ਸਿਰਫ ਸਬਜ਼ੀਆਂ ਲਾਈਆਂ ਜਾਂਦੀਆਂ ਸੀ, ਜਿਹੜੀਆਂ ਵੇਚਣ ਵਾਲੀਆਂ ਚੀਜ਼ਾਂ ਉਹ ਕਿਤੇ ਹੋਰ ਲਾਈਆਂ ਜਾਂਦੀਆਂ ਸੀ, ਠੀਕ ਹੈ, ਜਿਹੜੀਆਂ ਮੰਡੀ ਸਿੱਟਣੀਆਂ। ਪਰ ਉੱਥੇ ਕਨਾਲ 2 ਕਨਾਲ ਦੇ ਵਿੱਚ ਹਰ ਤਰ੍ਹਾਂ ਦੀ ਸਬਜ਼ੀ, ਹਰ ਤਰ੍ਹਾਂ ਦੀ ਸਬਜ਼ੀ ਖਾਸ ਤੌਰ 'ਤੇ ਸਿਆਲਾਂ ਨੂੰ ਜਿਹੜੀ ਹੈ, ਦੇਖਣ ਦੀ ਗੱਲ, ਅੱਖੀਂ ਦੇਖਣ ਦੀ ਗੱਲ ਹੈ, ਇਹ ਕੋਈ ਬਾਹਲੀ ਪੂਰੀ ਸੁਣੀ ਸੁਣਾਈ ਗੱਲ ਨਹੀਂ ਹੈਗੀ। ਅਕਸਰ ਜਿਸ ਕਿਸੇ ਵੀ ਮੋਟਰ 'ਤੇ ਜਦੋਂ ਜਾਂਦੇ ਸੀ, ਬਾਹਰ ਅੰਦਰ ਜਾਂਦੇ ਸੀਗੇ ਕਿਤੇ ਜਾਣਾ ਹੁੰਦਾ ਜੰਗਲ ਪਾਣੀ, ਅਤੇ ਜਿਹਦੇ ਬਸ ਮਰਜ਼ੀ ਚੱਲੋ ਪਿੰਡ ਦੇ, ਟਿਊਬਵੈੱਲ ਦੇ ਕੋਲ ਗਾਜਰਾਂ, ਪਿਆਜ਼, ਲਸਣ, ਪੁਦੀਨਾ, ਆਹ ਧਨੀਆ, ਮੂਲੀਆਂ, ਸ਼ਲਗਮ, ਮਤਲਬ ਹਰ ਜਿਹੜੀ ਘਰ 'ਚ ਵਰਤੋਂ ਵਾਲੀ ਸਬਜ਼ੀ, ਭਿੰਡੀਆਂ, ਗੋਭੀ, ਤਕਰੀਬਨ ਹਰ ਤਰ੍ਹਾਂ ਦੀ ਸਬਜ਼ੀ ਲੱਗੀ ਲਗਾਈ ਮਿਲ ਜਾਂਦੀ ਸੀ। ਪਿਆਜ਼ ਅਤੇ ਲਸਣ ਦੀ ਗੱਲ ਕਰੀਏ ਤਾਂ ਉਹ ਤਾਂ ਵਾਹਵਾ ਸਾਰਾ ਬੀਜ ਕੇ ਸਾਲ ਦਾ ਇਕੱਠਾ ਹੀ ਰੱਖ ਲੈਂਦੇ ਹੁੰਦੇ ਸੀਗੇ। ਕੋਈ ਮਹਾਤੜ ਬੰਦਾ ਵੀ ਜਾਂਦਾ ਸੀ ਤਾਂ ਉਹਨੂੰ ਵੀ ਉੱਥੋਂ ਮਿਲ ਜਾਂਦਾ ਸੀ, ਪਿਆਜ਼ ਵੀ ਮਿਲ ਜਾਣੇ, ਹਰੀਆਂ ਸਬਜ਼ੀਆਂ ਮਿਲ ਜਾਣੀਆਂ, ਸਾਰਾ ਕੁਛ ਹੋ ਜਾਣਾ। ਅਤੇ ਸਿੱਧੇ ਲਫ਼ਜ਼ਾਂ 'ਚ ਮੈਂ ਗੱਲ ਕਰਾਂ ਤਾਂ ਪਿੰਡ ਦੇ ਵਿੱਚ ਕੋਈ ਮੈਂ ਸਬਜ਼ੀ ਵਾਲਾ ਫੇਰੀ ਦਿੰਦਾ ਨਹੀਂ ਦੇਖਿਆ ਸੀ ਕਦੇ। ਪਿੰਡ 'ਚ ਸਬਜ਼ੀ ਵਾਲੇ ਕਾਹਦੇ ਵਾਸਤੇ ਆਉਣਾ, ਸਬਜ਼ੀਆਂ ਸਾਰੀਆਂ ਘਰਾਂ ਦੀਆਂ ਹੁੰਦੀਆਂ ਸੀ। ਦੁੱਧ ਦੀ ਗੱਲ ਕਰ ਲਓ, ਦੁੱਧ ਪਿੰਡ ਦੇ ਵਿੱਚ ਲੈਣ ਵਾਲੇ ਤਾਂ ਆਉਂਦੇ ਹੁੰਦੇ ਸੀਗੇ, ਪਿੰਡ ਵਿੱਚ, ਕਸਬਿਆਂ ਵਿੱਚ ਦੁੱਧ ਲੈਣ ਵਾਲੇ ਪਿੰਡੋਂ, ਡੇਰੀਆਂ ਵਾਲੇ। ਪਰ ਪਾਉਣ ਵਾਲਾ ਦੁੱਧ ਕੋਈ ਨਹੀਂ ਦੱਸਦਾ ਹੁੰਦਾ, ਦੁੱਧ ਪਾਉਣ ਆਇਆ ਭਾਈ ਦੁੱਧ ਪਾ ਲਓ ਬਾਈ, ਆ ਕੇ ਪਾਉਂਦੀ ਆਵਾਜ਼ ਮਾਰਨੀ, ਅਤੇ ਲੇਡੀਜ਼ ਫਿਰ ਬਾਹਰ ਆ ਜਾਂਦੀਆਂ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਉੱਥੇ ਬੰਦਾ ਇੱਕ ਸੀਟੀ ਮਾਰਦਾ, ਜਦੋਂ ਜਿਹੜੇ ਦੁੱਧ ਪੈਕਟ ਵਾਲਾ ਹੁੰਦਾ ਤਾਂ ਉਹ ਰੇਹੜੀ ਵਾਲਾ ਸੀਟੀ ਮਾਰਦਾ ਹੁੰਦਾ, ਆ ਕੇ ਤਾਂ ਫਿਰ ਪਤਾ ਲੱਗਦਾ ਸੀ ਦੁੱਧ ਵਾਲਾ ਆ ਗਿਆ, ਸਾਡੇ ਪਿੰਡੋਂ ਆਇਆ ਮੇਰੀ ਭੂਆ ਦਾ ਮੁੰਡਾ ਪਹਿਲੀ ਵਾਰ। ਉਹ ਕਹਿੰਦਾ ਯਾਰ ਇੱਥੇ ਪੰਜਾਬ 'ਚ ਸੀਟੀ ਮਾਰੀਏ ਤਾਂ ਕੁੱਟ ਪੈਂਦੀ, ਕਹਿੰਦਾ ਆ ਬੰਦੇ ਨੇ ਸੀਟੀ ਮਾਰੀ ਜਨਾਨੀਆਂ ਫਟਾਫਟ ਉਦੋਂ ਨੂੰ ਭੱਜ ਕੇ ਜਾ ਰਹੀਆਂ, ਫਿਰ ਉਹਨੂੰ ਸਮਝਾਇਆ ਵੀ ਦੁੱਧ ਲੈਣ ਵਾਸਤੇ ਜਾ ਰਹੀਆਂ। ਗੱਲ ਕਰਦੇ ਜੀ ਘਰ ਦੀ, ਹਰ ਚੀਜ਼ ਹੁੰਦੀ ਸੀ, ਮਟਰ ਮੁਟਰ ਘਰ ਦੇ ਐਨ ਹੋਣੇ, ਸਾਰਾ ਕੁਛ ਕਰਦਾ ਹੋਣਾ, ਅਤੇ ਅੱਜ ਜੇ ਪਿਆਜ਼ਾਂ ਦਾ ਰੌਲਾ ਪੈ ਰਿਹਾ, ਜਿਹੜੇ ਸ਼ਹਿਰੀ ਲੋਕ ਨੇ ਉਹ ਤਾਂ ਰੌਲਾ ਪਾਉਣ, ਉਹਨਾਂ ਵਾਸਤੇ ਤਾਂ ਇਹ ਮਹਿੰਗੇ ਹੋਣ, ਜਾਂ ਜਿਹੜੇ ਸਰਵਿਸ ਕਰਦੇ ਨੇ ਮੀਆਂ ਬੀਵੀ ਅੱਜ ਕੱਲ੍ਹ, ਉਹ ਰੌਲਾ ਪਾਉਣ ਵੀ ਭਾਈ ਉਹ ਪਿਆਜ਼ ਮਹਿੰਗੇ ਹੋ ਗਏ, ਕਿੱਥੋਂ ਖਾਈਏ, ਕਿੱਥੋਂ ਖਾਈਏ, ਕਿੱਥੋਂ ਖਾਈਏ। ਔਰ ਉਹ ਰੌਲਾ ਜਿਹੜੇ ਉਹ ਰੌਲਾ ਪਾਉਂਦੇ ਆ ਅਸੀਂ ਲੋਕ ਜਿਹੜੇ ਪੰਜਾਬ ਦੇ, ਜਿਹੜੇ ਖੁਦ ਬੀਜਦੇ ਸੀ, ਉਹ ਚੀਜ਼ਾਂ ਕਿੱਥੇ ਗਈਆਂ? ਖੇਤ ਤਾਂ ਹੁਣ ਵੀ ਹੈਗੇ ਹੀ ਆ ਲੋਕਾਂ ਕੋਲ, ਚਾਹੇ ਠੇਕੇ 'ਤੇ ਲਈ ਪੈਣੀ, ਚਾਹੇ ਠੇਕੇ ਦਿੱਤੀ ਹੈ। ਇਹ ਸੋਚਣ ਵਾਲੀ ਗੱਲ ਹੈ, ਇਹ ਆਪਾਂ ਅੱਜ ਵਿਚਾਰਾ ਕਰਨੀ ਆ ਵੀ ਕਾਰਨ ਕੀ ਹੈਗਾ ਕਿ ਅੱਜ ਕੱਲ੍ਹ ਪਿੰਡਾਂ ਵਾਲੇ ਲੋਕ ਵੀ ਕਿਉਂ ਰੌਲਾ ਪਾ ਰਹੇ ਨੇ ਕਿ ਪਿਆਜ਼ ਮਹਿੰਗੇ ਹੋ ਗਏ, ਸਬਜ਼ੀ ਮਹਿੰਗੀ ਹੋ ਗਈ। ਔਰ ਹੁਣ ਪਿੰਡਾਂ ਦੇ ਵਿੱਚ ਦੇਖ ਲਓ, ਕੋਈ ਇੱਕਾ ਦੁੱਕਾ ਘਰਾਂ ਨੂੰ ਛੱਡ ਕੇ ਮੱਝਾਂ ਰੱਖੀਆਂ ਹੋਣਗੀਆਂ, ਪਸ਼ੂ ਡੰਗਰ ਰੱਖਿਆ ਹੋਊਗਾ ਦੁੱਧ ਵਾਸਤੇ, ਅਤੇ ਬਾਕੀ ਕਿਸੇ ਦੇ ਘਰ ਕੋਈ ਪਸ਼ੂ ਨਹੀਂ ਹੈਗਾ, ਕਿਸੇ ਦੇ ਘਰ ਕੋਈ ਸਬਜ਼ੀ ਨਹੀਂ। ਪਿੰਡਾਂ ਦੇ ਵਿੱਚ ਦੁੱਧ ਵਾਲੇ ਆਉਂਦੇ ਨੇ, ਸਵੇਰੇ ਸਵੇਰੇ ਆਵਾਜ਼ਾਂ ਮਾਰਦੇ ਨੇ, ਅਤੇ ਸਾਡੇ ਪਿੰਡ ਦੀ ਗੱਲ ਮੈਂ ਅੱਖੀਂ ਦੇਖੀ ਕੰਨੀ ਸੁਣੀ ਕਰਦਾ। ਅਤੇ ਉਸ ਤੋਂ ਬਾਅਦ ਸਬਜ਼ੀਆਂ ਵਾਲੇ ਆ ਜਾਂਦੇ ਨੇ ਤਰ੍ਹਾਂ ਤਰ੍ਹਾਂ ਵਾਲੇ, ਪਤਾ ਹੁੰਦਾ ਕਿੰਨੇ ਕਿੰਨੇ ਵਜੇ ਨਾਲ ਸਬਜ਼ੀਆਂ ਵੇਚਣ ਆਉਂਦੇ ਨੇ। ਪਹਿਲਾਂ ਜੇ ਕੋਈ ਮੁੱਲ ਦੀ ਸਬਜ਼ੀ ਲਿਆਉਂਦਾ ਸੀ ਸ਼ਹਿਰੋਂ, ਜਾ ਕੇ ਕੋਈ ਲਿਆਉਂਦਾ ਸੀ, ਤਾਂ ਉਹਨੂੰ ਪਿੰਡ ਵਾਲੇ ਤਾਨੇ ਮਾਰਦੇ ਹੁੰਦੇ ਸੀ ਜਾਂ ਮੁੱਲ ਦਾ ਦੁੱਧ ਲੈਂਦਾ ਸੀਗਾ। ਹੁਣ ਜਿਵੇਂ ਜਿਵੇਂ ਮੱਝਾਂ ਖਤਮ ਹੋ ਗਿਆ, ਡੰਗਰ ਪਸ਼ੂ ਖਤਮ ਹੋ ਗਿਆ, ਦੁੱਧ ਮੱਖਣ ਜਮ੍ਹਾਂ ਹੀ ਖਤਮ ਹੋ ਗਿਆ। ਮੱਖਣ ਦਾ ਹੁਣ ਨਿਆਣਿਆਂ ਨੂੰ ਤਾਂ ਪਿੰਡਾਂ ਦੇ ਨੂੰ ਪਤਾ ਵੀ ਨਹੀਂ ਹੋਣਾ ਕਿ ਕਿਹੜਾ ਮੱਖਣ ਲੱਸੀ ਦੇ ਉੱਪਰ ਕਿਹੜਾ ਹੁੰਦਾ। ਲੱਸੀ ਦਾ ਇੱਕ ਬੜਾ ਰਿਵਾਜ਼ ਹੁੰਦਾ ਸੀ, ਚਲੋ ਜਿਹਦੇ ਘਰ ਸੀਗੇ ਡੰਗਰ ਲਵੇਰਾ ਤਾਂ ਉਹਦੇ ਘਰੋਂ ਫਿਰ ਲੱਸੀ ਬਾਕੀ ਆਂਢੀ ਗੁਆਂਢੀ ਲੈ ਜਾਂਦੇ ਸੀਗੇ। ਇਹ ਵੀ ਬੜੀ ਚੀਜ਼ ਰਹੀ, ਕਾਫੀ ਦੇਰ ਰਹੀ ਹੈ। ਅਤੇ ਉਦੋਂ ਸਾਡੇ ਵੀ ਮੈਨੂੰ ਜੇ ਮੇਰੀ ਸੁਰਤ ਦੇ ਵਿੱਚ ਜਿਹੜੇ ਸੀਗੇ ਤਾਂ ਚਾਰ ਪੰਜ ਡੰਗਰ ਸੀਗੇ, 2 ਮੱਝਾਂ ਅਤੇ ਗਾਂ ਵੀ ਸੀਗੀ, ਇੱਕ ਬੱਕਰੀ ਵੀ ਸੀਗੀ।
ਅਤੇ ਸਾਰੇ ਹਰ ਤਰ੍ਹਾਂ ਦੇ ਡੰਗਰ ਰੱਖਦੇ ਸੀ। ਬੱਕਰੀ ਦਾ ਇਹ ਫਾਇਦਾ ਸੀ ਵੀ ਜੇ ਪ੍ਰਾਹੁਣਾ ਕੋਈ ਵੇਲੇ ਕੁ ਵੇਲੇ ਆ ਗਿਆ ਅਤੇ ਦੁੱਧ ਹਜੇ ਜਾਂ ਕਾੜ੍ਹਨੀ 'ਚ ਰੱਖਿਆ ਹੋਇਆ ਅਤੇ ਜਾਂ ਦੁੱਧ ਹਜੇ ਚੋਇਆ ਨਹੀਂ ਹੈਗਾ ਗਾਂ ਮੱਝ ਦਾ, ਅਤੇ ਬੱਕਰੀ ਨੂੰ ਫਿਰ ਇਹ ਸੀ, ਬੱਕਰੀ ਦਾ ਇਹ ਫਾਇਦਾ ਸੀ ਕਿ ਉਹਦਾ ਜਦੋਂ ਮਰਜ਼ੀ ਦੁੱਧ ਝੋਲੋ, ਚਾਹ ਪਾਣੀ ਚੋ ਕੇ ਦੁੱਧ ਦੇ ਹੀ ਦਿੰਦੀ ਸੀ ਪਾਈਆ ਅੱਧਾ ਕਿਲੋ। ਸੋ ਇਹ ਚੀਜ਼ਾਂ ਹੁੰਦੀਆਂ ਸੀਗੀਆਂ, ਸੋਰੀ ਹੁਣ ਇਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ। ਅਸੀਂ ਗੱਲ ਕਰਾਂਗੇ ਅੱਜ ਸਬਜ਼ੀਆਂ ਦੀ, ਸਬਜ਼ੀਆਂ ਦੀ, ਪਿਆਜ਼ਾਂ ਦੀ ਅਸੀਂ ਕਿਉਂ ਹਾਲ ਦਿਹਾਈ ਪਾਈ ਹੈ, ਕਿਉਂ ਨਹੀਂ ਅੱਜ ਕੱਲ੍ਹ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਸਬਜ਼ੀਆਂ ਬੀਜਦੇ। ਮੈਂ ਕਹਿੰਦਾ ਇੱਧਰਲੇ ਮੁਲਕਾਂ ਦੇ ਵਿੱਚ ਪੰਜਾਬੀ ਜਿਹੜੇ ਹੈਗੇ ਨੇ ਉਹ ਸਗੋਂ ਘਰਾਂ ਦੇ ਵਿੱਚ ਲਾਈਆਂ ਨੇ ਸਬਜ਼ੀਆਂ, ਖਾਣ ਪੀਣ ਜੋਗੀਆਂ ਵਾਧੂ ਹੋ ਜਾਂਦੀਆਂ, ਸਮਾਨ ਇੰਨਾ ਹੋ ਜਾਂਦਾ, ਆਂਢੀਆਂ ਗੁਆਂਢੀਆਂ ਨੂੰ ਵੰਡਣਾ ਪੈਂਦਾ। ਸਾਡੇ ਇੱਥੇ ਤਰ੍ਹਾਂ ਸਾਡੇ ਘਰ ਦੇ ਕੇ ਜਾਂਦੇ, ਬੜੀਆਂ ਵੱਡੀਆਂ ਵੱਡੀਆਂ, ਹੁਣ ਤਾਂ ਸਾਡੇ ਵੀ ਫਿਰ ਉਹ ਤੋਂ ਬਾਅਦ ਲੱਗ ਗਈਆਂ ਸੀ ਕਾਫੀ। ਇੱਥੇ ਸਮਾਨ ਲੈਣ ਵਾਲਾ ਕੋਈ ਹੈ ਨਹੀਂ, ਵੰਡਣ ਕਿਹਨੂੰ ਵੰਡੀਏ, ਘਰਾਂ ਦੇ ਵਿੱਚ ਅਕਸਰ ਤੁਸੀਂ ਦੇਖੋਗੇ ਲਸਣ ਲੁਸਣ ਇੰਨਾ ਕੁ ਸਮਾਨ ਘਰ ਜੋਗਾ ਸਭ ਨੇ ਲਾਇਆ ਹੋਇਆ। ਇੱਧਰਲੇ ਮੁਲਕਾਂ 'ਚ ਅਸੀਂ ਲਾਉਣ ਲੱਗ ਪਏ, ਪੰਜਾਬ ਦੇ ਲੋਕ ਜਿਹਨਾਂ ਕੋਲ ਜ਼ਮੀਨਾਂ ਨੇ ਉਹ ਪਿਆਜ਼ ਮਹਿੰਗੇ ਦਾ ਰੌਲਾ ਕਿਉਂ ਪਾ ਰਹੇ ਨੇ? ਪਿਆਜ਼ ਨਾ ਬੀਜਣ ਦੇ ਉੱਥੇ ਕਾਰਨ ਕੀ ਨੇ? ਕਿਉਂ ਡਿਪੈਂਡੈਂਟ ਹੋ ਗਏ ਸਾਡੇ ਜਿਹੜੇ ਪਿੰਡਾਂ ਵਾਲੇ ਹੈਗੇ ਨੇ, ਕਿਉਂ ਡਿਪੈਂਡੈਂਟ ਹੋ ਗਏ? ਹੁਣ ਪਹਿਲਾਂ ਕਰਜ਼ਾ ਇਹ ਹੁੰਦਾ ਵੀ ਕੋਈ ਸਕੀਮ ਜੇ ਕੋਈ ਸਰਕਾਰ ਦੀ ਆਈ ਆ, ਰਹਿ ਨਾ ਜਾਵੇ ਕੋਈ ਲੈਣ ਤੋਂ, ਕੋਈ ਪੈਸਾ ਜੇ ਸਰਕਾਰ ਦਿੰਦੀ ਆ ਉਹ ਕਿਸੇ ਵੀ ਤਰੀਕੇ ਚਾਹੇ ਪੈਸੇ ਦੇ ਕੇ ਲਓ ਲੈ ਲਓ, ਫਿਰ ਜਦੋਂ ਵੋਟ ਨਹੀਂ ਹੁੰਦੇ ਤਾਂ ਫਿਰ ਫਾਹੇ ਲੈ ਲਓ। ਇਹ ਪੰਜਾਬ ਖੇਤੀਬਾੜੀ ਜਿਹੜੀ ਪੰਜਾਬ ਦੀ ਹੈ ਕਿਉਂ ਵਿਗੜੀ ਇੰਨੀ, ਜਾਂ ਇੱਧਰਲੇ ਮੁਲਕਾਂ ਦੇ ਨਾਲ ਕਿਵੇਂ ਕੰਪੇਅਰ ਕਰਦੇ ਹਾਂ ਆਪਾਂ ਉੱਧਰਲੀ ਖੇਤੀਬਾੜੀ ਨੂੰ, ਇਹ ਅੱਜ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ। ਇਹ ਗੰਢਿਆਂ ਦਾ ਰੌਲਾ ਜਿਹੜਾ ਪਾਉਂਦੇ ਹਾਂ ਅਸੀਂ ਕਿੰਨਾ ਕੁ ਜਾਇਜ਼ ਹੈ, ਜਾਂ ਇਹਦੇ 'ਚ ਕੋਈ ਚਾਲ ਤਾਂ ਮੇਰੇ ਖਿਆਲ ਨਹੀਂ ਹੋ ਸਕਦੀ। ਕੌਣ ਰੋਕਦਾ ਗੰਢੇ ਬੀਜਣ ਤੋਂ ਘਰ? ਕੋਈ ਰੋਕਦਾ ਥੋੜ੍ਹੀ ਆਪਦੀ ਖੇਤੀਬਾੜੀ ਜੋ ਮਰਜ਼ੀ ਬੀਜੋ? ਇਹ ਤਾਂ ਕਹਿ ਨਹੀਂ ਸਕਦੇ ਵੀ ਇਹਦੇ ਪਿੱਛੇ ਮੋਦੀ ਦਾ ਹੱਥ ਹੈਗਾ, ਜਾਂ ਮੋਦੀ ਇਹਦੇ ਪਿੱਛੇ ਕਹਿ ਦੇ, ਕੈਪਟਨ ਸਾਹਿਬ ਕਹਿੰਦੇ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ, ਜਿਹੜੇ ਪੰਜਾਬ 'ਚ ਗੰਢੇ ਨਹੀਂ ਹੁੰਦੇ ਹੁਣ। ਇਹ ਤਾਂ ਅਸੀਂ ਉਹ ਵਿਚਾਰਾ ਕਰਨੀ ਹੈ, ਅਸੀਂ ਵਿਚਾਰਾ ਕਰਦੇ ਹਾਂ, ਉਹ ਗੱਲਬਾਤ ਪੰਜਾਬ 'ਚ ਹੀ ਪਹੁੰਚਦੀ ਹੈ। ਤੋ ਪੰਜਾਬ ਜਦੋਂ ਪਹੁੰਚਦੀ ਹੈ ਤਾਂ ਕੋਈ ਨਾ ਕੋਈ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਹੱਲ ਵੀ ਉਹਦਾ ਨਿਕਲ ਆਉਂਦਾ ਹੈਗਾ। ਸੋ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ ਕਿ ਕਿਉਂ ਖੇਤੀਬਾੜੀ ਸਾਡੀ ਇੰਨੀ ਵਿਕਟ ਵਿਗੜ ਗਈ, ਕਿਉਂ ਅਸੀਂ ਸਬਜ਼ੀਆਂ ਪਿਆਜ਼ਾਂ ਵਾਸਤੇ ਵੀ ਦੂਜਿਆਂ ਦੇ ਮੁਹਤਾਜ ਹੋ ਗਏ। ਪਹਿਲਾਂ ਸਾਰਾ ਕੁਝ ਘਰੇ ਹੁੰਦਾ ਸੀ, ਹੁਣ ਸਬਜ਼ੀ ਵਾਲੇ ਨਾਲ ਬੁੜੀਆਂ ਲੜੀ ਜਾਂਦੀਆਂ ਉੱਥੇ ਪਿੰਡ 'ਚ, ਧਨੀਆ ਹੋਰ ਪਾ ਦੇ ਭੋਰਾ, ਚਾਰ ਮਿਰਚਾਂ ਪਾ ਦੇ ਨਾਲ ਹਰੀਆਂ, ਅਤੇ ਇਸੇ ਚੀਜ਼ 'ਤੇ ਹੁਣ ਰਹਿ ਗਈ ਸਾਰੀ ਗੱਲਬਾਤ ਵੀ ਮਿਰਚਾਂ ਧਨੀਆਂ ਨਾਲ ਫਰੀ ਸਬਜ਼ੀ 'ਤੇ ਮਿਲਦਾ। ਔਰ ਇੱਧਰ ਇਹ ਰਿਵਾਜ਼ ਹੈ ਨਹੀਂ, ਉੱਧਰ ਇਹ ਰਿਵਾਜ਼ ਪਾਇਆ ਤਾਂ ਉੱਧਰ ਜਿਹਨੇ ਵੀ ਸਬਜ਼ੀ ਲੈਣੀ ਤਾਂ ਉਹਨੇ ਨਾਲ ਇਹੀ ਕਹਿਣਾ ਭਾਈ ਧਨੀਆ ਤਾਂ ਭੋਰਾ ਪਾ ਦੇ, ਹੋਰ ਭਾਈ ਹਰੀਆਂ ਮਿਰਚਾਂ ਤਾਂ ਪਾ ਦੇ ਦਿਓ ਹੋਰ। ਇਹ ਚੀਜ਼ਾਂ, ਇਹ ਨੌਬਤਾਂ ਕਿਉਂ ਆਈਆਂ, ਕੀ ਕਾਰਨ ਹੈ, ਕੀ ਇਹਦੇ ਪਿੱਛੇ ਕਾਰਨ ਹੈਗੇ ਨੇ, ਇਹ ਆਪਾਂ ਅੱਜ ਗੱਲਬਾਤ ਤੁਹਾਡੇ ਨਾਲ ਕਰਨੀ ਆ ਖੇਤੀਬਾੜੀ ਨਾਲ ਸੰਬੰਧਿਤ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ, ਅਤੇ ਗੱਲਬਾਤ ਚੱਲ ਰਹੀ ਸ਼ੁਰੂ ਹੋਈ ਸੀ ਪਿਆਜ਼ਾਂ ਤੋਂ, ਪਰ ਇਹ ਮੁੱਕਦੀ ਗੱਲ ਇੱਥੇ ਆ ਕੇ ਆ ਵੀ ਜਿਹੜਾ ਪੰਜਾਬ ਦੇ ਵਿੱਚ ਜ਼ਮੀਨਾਂ ਵਾਲੇ ਹੈਗੇ ਨੇ ਉਹ ਵੀ ਕਿਉਂ ਰੋ ਰਹੇ ਨੇ ਕਿ ਪਿਆਜ਼ ਮਹਿੰਗੇ ਆ। ਪਹਿਲੇ ਸਮਿਆਂ ਦੇ ਵਿੱਚ ਮੋਟਰ ਦੇ ਨੇੜੇ ਤਕਰੀਬਨ ਹਰ ਤਰ੍ਹਾਂ ਦੀ ਸਬਜ਼ੀ, ਪਿਆਜ਼, ਲਸਣ ਆਪਣੇ ਖਾਣ ਪੀਣ ਜੋਗੇ ਚੰਗੇ ਹਰ ਬੰਦਾ ਬੀਜਦਾ ਸੀ। ਅੱਜ ਕੱਲ੍ਹ ਉਹ ਰੁਝਾਨ ਕਿਉਂ ਘੱਟ ਗਿਆ, ਇਹਦੇ ਪਿੱਛੇ ਕੀ ਕਾਰਨ ਆ, ਫਟਾਫਟ ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ ਜੀ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੱਗੀ ਜੀ, ਸਤਿ ਸ਼੍ਰੀ ਅਕਾਲ, ਮੈਂ ਗੁਰਮੇਲ ਸਿੰਘ ਧੀਰ ਬੋਲਦਾ ਜੀ। ਧੀਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ, ਅੱਜ ਤੁਸੀਂ ਗੱਲਾਂ ਕਰਦੇ ਹੋ, ਪਿਆਜ਼ ਤੋਂ ਗੱਲ ਸ਼ੁਰੂ ਕੀਤੀ ਆ ਜੀ। ਹੁਣ ਤੁਸੀਂ ਗੱਲ ਦੇਖੋ, ਜਦੋਂ ਅਸੀਂ ਆਪ ਖੇਤੀ ਕਰਨੀ ਨਹੀਂ ਤੇ ਜਾਂ ਪੇਕੇ ਤੇ ਦੇਤੀ ਜਾਂ ਪਹੀਏ ਰੱਖ ਲਏ, ਆਪ ਅਸੀਂ ਨਵਾਬ ਬਣ ਗਏ, ਡੱਕਾ ਦੂਰਾ ਕਰਨਾ ਨਹੀਂ। ਦੇਖੋ ਸਾਡੇ ਕੋਲ ਜ਼ਮੀਨ ਹੁੰਦੀ ਸੀ, ਹਾਲਾਂਕਿ ਸਾਡਾ ਅਸੀਂ ਜੱਟਾ ਨਹੀਂ, ਅਸੀਂ ਖੱਤਰੀਆਂ, ਪਰ ਸਾਡੇ ਘਰ ਦੇ ਖੇਤੀ ਕਰਦੇ ਹੁੰਦੇ ਸੀ। ਅੱਛਾ ਜੀ। ਤੇ ਅੱਛਾ, ਉਹ ਆਪ ਬਜ਼ੁਰਗਾਂ ਨੇ ਸਾਰਾ ਕੁਛ ਕਰਨਾ, ਕਣਕ ਵੱਢਣੀ, ਮੱਕੀ ਉਸ ਵੇਲੇ ਹੁੰਦੀ ਸੀ ਉਹ ਵੀ ਕੰਮ ਕਰਨਾ, ਸਾਰੇ ਕੰਮ ਕਰਨੇ, ਤੇ ਸਾਰੇ ਮੰਡੀ ਦੇ ਵਿੱਚ ਆਪ ਲੈ ਕੇ ਜਾਣੇ, ਪਾਣੀ ਦੇਣਾ ਖੇਤਾਂ ਨੂੰ, ਸਾਰਾ ਕੁਛ ਕਰਦੇ ਸੀ। ਮੈਂ ਵੀ ਉਸ ਵੇਲੇ ਖੂਹ ਗੇੜਦਾ ਸੀ, ਕਦੇ ਕਦੇ ਕੋਈ ਕੰਮ, ਕਦੇ ਥੋੜਾ ਬਹੁਤਾ ਖੇਤਾਂ ਵੀ ਕਰ ਲੈਣਾ ਸਕੂਲ ਤੋਂ ਆ ਕੇ ਕਾਲਜ ਤੋਂ। ਅੱਛਾ ਹੁਣ ਤੁਸੀਂ ਦੇਖੋ, ਇੱਥੇ ਦੇਖੋ ਤੁਸੀਂ, ਮੈਂ ਕੈਨੇਡਾ ਦੇ ਵਿੱਚ ਰਹਿਣਾ, ਗਰਮੀਆਂ ਵਿੱਚ ਜਾ ਕੇ ਦੇਖੀਦਾ, ਫਾਰਮਾਂ ਦੇ ਵਿੱਚ ਫਾਰਮਰ ਆਪ ਟਰੈਕਟਰ ਚਲਾਉਂਦੇ ਨੇ।
ਕਈ ਕੀ ਕੰਮ ਕਰਦੇ ਨੇ ਜੀ, ਕਈ ਕੀ ਕੰਮ, ਇੱਥੇ ਸਾਡੇ ਇੱਕ ਮਿੱਤਰ ਹੈਗੇ, ਉਹ ਨਾਲ ਰੈਸਟੋਰੈਂਟ ਚਲਾਉਂਦੇ, ਨਾਲ ਕੇਟਰਿੰਗ ਦਾ ਕਰਦੇ, ਨਾਲ ਖੇਤੀਬਾੜੀ ਆਪ ਕਰਦੇ ਸਵੇਰੇ ਉੱਠ ਤੜਕੇ। ਹਾਂਜੀ, ਇੱਥੇ ਮੁਰਗੀ ਖਾਨੇ ਵੀ ਰੱਖੇ ਨੇ ਸਾਡੇ ਆਪਣੇ ਲੋਕਾਂ ਨੇ ਵੀ ਰੱਖੇ ਹੋਏ ਨੇ। ਗਰਮੀਆਂ ਦੇ ਵਿੱਚ ਥੋੜੀ ਬਹੁਤੀ ਉਹ ਲੇਬਰ ਆਪਣੇ ਜਿਹੜੇ ਸੀਨੀਅਰ ਬੰਦੇ ਹੁੰਦੇ ਨੇ ਜਾਂ ਬੁੜੀਆਂ ਲੈ ਜਾਂਦੇ ਨੇ ਤੇ ਉਹ ਕੰਮ ਕਰਦੇ, ਪਰ ਨਾਲ ਆਪ ਕੰਮ ਕਰਦੇ ਨੇ। ਇਹ ਨਹੀਂ ਵੀ ਉਹ ਚਿੱਟੇ ਸੂਟ ਪਾ ਕੇ ਬੈਠ ਕੇ, ਨਹੀਂ। ਅੱਛਾ ਧੀਰ ਸਰ, ਆਪਾਂ ਇਹ ਹੁੰਦਾ ਤਾਂ ਸੀਗਾ ਨਾ, ਘਰ ਦੇ ਵਿੱਚ ਤਕਰੀਬਨ ਥੋੜ੍ਹੀ ਜ਼ਮੀਨ ਹੋਵੇ, ਬਾਹਲੀ ਹੋਵੇ, ਅਤੇ ਇੱਕ ਤਕਰੀਬਨ ਸਾਰੀਆਂ ਖਾਣ ਪੀਣ ਜੋਗੀਆਂ ਸਬਜ਼ੀਆਂ, ਲਸਣ ਪਿਆਜ਼ ਤਾਂ ਬੀਜਦੇ ਸੀਗੇ। ਅੱਜ ਕੱਲ੍ਹ ਕਿਉਂ ਨਹੀਂ ਬੀਜਦੇ ਫਿਰ, ਜਿਹੜੇ ਖੇਤੀ ਕਰਦੇ ਉਹ ਵੀ ਨਹੀਂ ਬੀਜਦੇ ਹੈਗੇ? ਉਹ ਦੇਖੋ ਜੀ, ਜਾਂ ਤਾਂ ਉਹ ਦੇਖਦੇ ਆ ਵੀ ਇਹ ਕੋਈ ਘੱਟ ਜਾ ਸੌਦਾ, ਜੇ ਬੀਜਣ ਵੀ ਤੇ ਕਹੋ ਤੇ ਭਈਆ ਨੂੰ ਤਾਂ ਠੇਕਾ ਦੇ ਦਿੰਦੇ ਨੇ, ਪੈਸੇ ਆ ਜਾਂਦੇ ਆ, ਸਾਰਾ ਕੁਛ ਆ ਜਾਂਦਾ ਜੀ। ਤੇ ਜਾਂ ਫਿਰ ਇਹ ਇਸ ਕਰਕੇ ਨੀ ਬੀਜੇ, ਬੀਜਦੇ ਵੀ ਇਹਦੇ ਵਿੱਚ ਬਜਾਈ ਦਾ ਕੰਮ ਕੌਣ ਕਰੇ, ਨਰਤਾ ਕੌਣ ਕਰੇ, ਮੁੱਲ ਦੀ ਲੈ ਆਓ, ਲੇਜ਼ੀ ਹੋ ਗਏ ਲੋਕ, ਮਤਲਬ ਕੰਮ ਕਰਕੇ ਰਾਜ਼ੀ ਨੀ ਗੇ। ਸ਼ਰਾਬਾਂ ਜਿੰਨੀਆਂ ਮਰਜ਼ੀ ਪਿਲਾ ਲਓ, ਨਸ਼ੇ ਜਿੰਨੇ ਮਰਜ਼ੀ ਕਰਾ ਲਓ। ਅਸੀਂ ਸਾਡੇ ਜ਼ਮਾਨੇ ਦੇ ਵਿੱਚ, ਮੈਨੂੰ ਕਬੱਡੀ ਦਾ ਵੀ ਸ਼ੌਕ ਹੁੰਦਾ ਸੀ, ਮੈਨੂੰ ਹਾਕੀ ਦਾ ਵੀ ਤੇ ਮੈਨੂੰ ਵਾਲੀਬਾਲ ਦਾ। ਸਾਡੇ ਬਾਹਰ ਖੁੱਲਾ ਹੁੰਦਾ ਸੀ, ਉਹਨੂੰ ਰੜੀ ਕਹਿੰਦੇ ਹੁੰਦੇ ਸੀ, ਉੱਥੇ ਜਾ ਕੇ ਅਸੀਂ ਸ਼ਾਮ ਨੂੰ ਖੇਡਾਂ ਖੇਡਦੇ ਸੀ। ਠੀਕ ਹੈ ਜੀ। ਤੇ ਅੱਜ ਨੌਜਵਾਨ ਕੀ ਕਰਦੇ ਰਹੇ ਠੇਕੇ ਦੇ? ਚਲੋ ਥੈਂਕ ਯੂ, ਬੇੜਾ ਤਾਂ ਆਪੇ ਡੁੱਬਣਾ ਕੌਮ ਦਾ। ਜਾਂ ਤੁਹਾਡੇ ਜਿਹੜੇ ਸ਼ਰਾਬ ਆ ਨਾ ਜਾਂ ਨਸ਼ੇ ਆ, ਇਹ ਤੁਹਾਡੇ ਸਰੀਰ ਨੂੰ ਅੰਦਰੋਂ ਹੱਡੀਆਂ ਨੂੰ ਕਮਜ਼ੋਰ ਕਰਦੇ ਆ। ਜੀ ਜੀ ਬਿਲਕੁਲ, ਬੰਦਾ ਕੰਮ ਕਰਨ ਜੋਗਾ ਨਹੀਂ ਛੱਡਦੇ, ਬੰਦਾ ਕੰਮ ਜੋਗਾ ਰਹਿੰਦਾ ਹੀ ਨਹੀਂ। ਹਾਂਜੀ, ਮਿਹਰਬਾਨੀ ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਾਗਿਆਨ ਸਿੰਘ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਕਹਿਣ ਦੀ ਗੱਲ ਇਹ, ਤੁਸੀਂ ਵੀ ਕਾਫੀ ਦੱਸਤਾ, ਤੇ ਮੈਂ ਤਾਂ ਉਸ ਤੋਂ ਪਹਿਲਾਂ ਦੀ ਗੱਲ ਵੀ ਦੱਸਦਾ ਆ ਕਿ ਅਸੀਂ ਤਾਂ 40-42 ਤੋਂ ਸ਼ੁਰੂ ਕਰਤੀ, ਮੈਂ ਵਾਈ ਕਰਨ ਲੱਗ ਪਿਆ ਸੀ ਬਰਾਬਰ ਘਰਦਿਆਂ ਦੇ, ਤੇ 20 ਸਾਲ ਵਾਈ ਕੀਤੀ ਸੀ ਆਪਣੀ। ਉਦੋਂ ਜੱਗੀ ਪੈਸਾ ਹੀ ਹੈ ਨੀ ਸੀ ਲੋਕਾਂ ਕੋਲ, ਸਾਰਾ ਜਿਹੜਾ ਜਿਮੀਦਾਰ ਸੀਗਾ ਨਾ, ਉਹ ਸਾਰਾ ਕੁਛ ਆਪਣੀ ਜ਼ਮੀਨ ਵਿੱਚੋਂ ਹੀ, ਆਪਣੀ ਖੇਤੀਬਾੜੀ ਚੋਂ ਹੀ ਕੰਮ ਸਾਰਦਾ ਸੀਗਾ, ਤੇ ਦਾਲ ਸਬਜ਼ੀਆਂ ਵੀ ਘਰ ਦੀਆਂ ਬੀਜਣੀਆਂ ਜਿੰਨੀ ਲੋੜ ਅਨੁਸਾਰ ਸਾਡੀਆਂ, ਠੀਕ ਨਹੀਂ? ਹੈ, ਜਿਵੇਂ ਤੁਸੀਂ ਕਿਹਾ ਖੂਹ ਦੇ ਮੁੜ 31 ਹੁੰਦੀ ਸੀ, 4-5 ਗਰਾਲ ਦੀ ਸਾਡੀ ਵੀ, ਉੱਥੇ ਸਭ ਘਰ ਦੀਆਂ ਹੀ ਸਬਜ਼ੀਆਂ, ਮਿਰਚਾਂ, ਸ਼ਕਰਕੰਦੀ, ਆਲੂ, ਬਦਾਮ, ਜੋ ਸਾਰੀਆਂ ਫਸਲਾਂ ਸੀ ਉਹ ਵੱਖਰ ਕੱਤਾ ਰੱਖਿਆ ਸੀਗਾ। ਉਦੋਂ ਟਿਊਬਵੈਲ ਵੀ ਨਹੀਂ ਸੀ, ਉਹਦੀ ਮੈਂ ਗੱਲ ਕਰਦਾ, ਉਦੋਂ ਖੂਹ ਹੀ ਹੁੰਦੇ ਸੀ ਸਾਡੇ, ਉਦੋਂ ਖੂਹ ਹੀ ਸੀ ਘੱਟ ਗਿਆ ਜੀ ਸਾਡੇ ਲੋਕਾਂ ਦਾ ਉੱਥੇ ਇਹ। ਨਹੀਂ, ਹੁਣ ਇੰਡਸਟਰੀ, ਹੁਣ ਲੋਕੀ ਹੋ ਗਏ, ਇਹ ਜਿੱਦਾਂ ਕਹਿੰਦੇ ਆਪਾਂ ਤਰੱਕੀਆਂ, ਆਪਾਂ ਤਰੱਕੀਆਂ ਕਹਿੰਦੇ ਇਹਨੂੰ, ਹੈ, ਝੋਨਾ ਬੀਜਦੇ ਆ ਵੀ ਪੈਸਾ ਵੱਧ ਤੋਂ ਵੱਧ ਕਮਾ ਲਈਏ, ਪੈਸਾ ਵੱਧ ਕਮਾ ਲਈਏ। ਉਹਨਾਂ ਕਿੰਨਾ ਨੁਕਸਾਨ ਹੋਇਆ, ਕਿੰਨੀਆਂ ਕਿੰਨਾ ਕੁਛ ਸਾਨੂੰ ਕਰਕੇ, ਫੇਰ ਝੋਨੇ ਦੀ ਅਸੀਂ ਇਹਦੇ ਉੱਤੇ ਆਮਦਨ ਗਿਣਦੇ ਹਾਂ, ਉਹ ਖਰਚੇ ਨੀ ਪੂਰੇ ਹੁੰਦੇ। ਜਦੋਂ ਅਸੀਂ ਖੂਹਾਂ ਨਾਲ ਵਾਈ, ਬਲਦਾਂ ਨਾਲ ਵਾਈ ਕਰਦੇ ਸੀ, ਖਰਚਾ ਹੀ ਕੋਈ ਨਹੀਂ ਸੀਗਾ। ਅਸੀਂ, ਸਾਡੇ ਘਰ ਗਾਂ ਵੀ ਸੀ, ਮੱਝ ਵੀ ਸੀ, ਗਾਂ ਦੇ ਬੱਚੇ ਬਣ ਜਾਣੇ ਬੈਠ ਕੇ, ਤੇ ਮੱਝ ਦੀਆਂ ਕੱਟੀਆਂ ਬਣ ਜਾਣੀਆਂ, ਉਹ ਗਾਂ ਤੋਂ ਚੱਲੀ ਜਾਣਾ, ਕੁਛ ਵੀ ਨੀ ਮੁੱਲ ਲੈਣਾ, ਹੈ, ਸਭ ਕੁਛ ਫ੍ਰੀ। ਪਿੰਡਾਂ ਚ ਨਹੀਂ ਸੀ ਕਦੇ ਸਬਜ਼ੀ ਵਾਲੇ ਦੇਖੇ ਜਾਂ ਦੁੱਧ ਪਾਉਣ ਵਾਲਾ ਕੋਈ ਦੇਖੇ, ਜਿਹਦੀ ਕੋਈ ਨਹੀਂ, ਦੁੱਧ ਪਾਉਣਾ ਪਾਪ ਸਮਝਦੇ ਸੀਗੇ, ਦੁੱਧ ਪੁੱਤ ਵੇਚਣਾ ਇੱਕੋ ਗੱਲ ਕਹਿੰਦੇ ਸੀਗੇ। ਸਾਡੇ ਜ਼ਮਾਨੇ ਚ ਦੁੱਧ ਪੁੱਤ ਨਹੀਂ ਸੀ ਵੇਚਦੇ, ਕਹਿੰਦੇ ਦੁੱਧ ਵੇਚ ਲਿਆ, ਪੁੱਤ ਵੇਚ ਲਿਆ, ਗੱਲ ਇੱਕੋ ਹੀ ਆ, ਮੰਗ ਕੇ ਆਂਢ ਗੁਆਂਢ ਚ ਲੋੜ ਪੈ ਗਈ ਆ, ਤੇ ਗੜਵੀ 2 ਗੜਵੀ ਤੱਕ ਵੀ ਕੋਈ ਗੱਲ ਹੀ ਕੋਈ ਨੀ ਸੁਣਦੀ, ਹੈ। ਉਦੋਂ ਅਸਲ ਜੋ ਮੈਂ ਤੱਤ ਕੱਢਿਆ, ਉਦੋਂ ਸਾਡੇ ਕੋਲ ਇੰਨਾ ਪੈਸਾ ਹੀ ਖੁੱਲਾ ਨੀ ਸੀਗਾ, ਹੈ, ਪੈਸਾ ਹੀ ਉੱਥੇ ਸਾਰਾ ਜੋ ਜ਼ਿਮੀਦਾਰਾਂ ਕਰਦੇ ਸਾ, ਉਹ ਚ ਸਾਰਾ ਕੰਮ ਚਲਾਉਣਾ, ਘਰ ਦੀ ਕਪਾਹ ਬੀਜ ਲਈ, ਉਹਦਾ ਕਪਾਹ ਨਰਮਾ ਹੋ ਗਿਆ, ਉਹਦਾ ਕੱਟ ਕੇ ਰੂੰ ਕੱਟ ਕੇ ਵੱਢ ਕੇ ਖੱਦਰ ਬਣਾ ਲਿਆ, ਖੱਦਰ ਦੇ ਕੱਪੜੇ ਪਾ ਪਾ ਕੇ ਵੀ ਸਾਰ ਲੈਣਾ, ਅਸੀਂ ਉਹ ਸਮਾਂ ਦੇਖਿਆ। ਅਸੀਂ, ਮੈਂ ਆਪਣੀ ਗੱਲ ਦੱਸਦਾ, ਇੱਕ ਸਿਰ ਲੂਣ ਮੁੱਲ ਲਈਦਾ ਸੀਗਾ, ਬਾਕੀ ਹਰ ਚੀਜ਼ ਅਸੀਂ ਖੇਤੀਬਾੜੀ ਚ ਪੂਰੀ ਕਰਦੇ, ਇੱਕ ਲੂਣ ਮੁੱਲ ਲੈਂਦੇ ਸੀਗੇ, ਤੇਲ ਵੀ ਅਸੀਂ ਸਰੋਂ ਘਰ ਦਾ ਬੀਜ, ਸਰੋਂ ਬੀਜ ਕੇ ਘਰ ਦੀ ਤੇਲ ਕੱਢ ਕੇ ਦੀਵੇ ਵੀ ਉਹਦੇ ਜਗਾਉਂਦੇ ਰਹੇ ਆ ਪਹਿਲਾਂ, ਸਰੋਂ ਤੇਲ ਦੇ, ਹੈ ਜੀ। ਅਸੀਂ ਤਾਂ ਜ਼ਮਾਨਾ ਦੇਖਿਆ, ਹੁਣ ਦੇਖਣਾ ਜਿਵੇਂ ਜ਼ਮਾਨਾ ਬਦਲ ਗਿਆ, ਅੱਜ ਕੱਲ੍ਹ ਕਿਹੜੇ ਜ਼ਿਮੀਦਾਰ ਦਾ ਮੁੰਡਾ ਟਰੈਕਟਰ ਤੱਕ ਨਹੀਂ ਬਹੁੰਦਾ, ਤਾਂ ਹਲ ਕੀ ਬਾਉਣਾ, ਅਸੀਂ ਤਾਂ ਹਲ ਪਾਏ ਆ, ਹੈ, ਮਿਹਰਬਾਨੀ ਜੀ, ਬਹੁਤ ਸਮੇਂ। ਹਾਂ, ਇਸ ਕਰਕੇ ਸਮੇਂ ਬਦਲ ਗਏ ਆ, ਜਿੰਨੇ ਅਸੀਂ ਖਰਚੇ ਵਧਾ ਲਏ ਓਨੇ ਦੁੱਖ ਪਾ ਲਏ ਆ, ਹੈ, ਹੁਣ ਕਿੰਨੇ ਸੁੱਖ ਸਾਡੇ, ਗੱਡੀਆਂ, ਮੋਟਰਾਂ, ਏਸੀ, ਵਧੀਆ ਕੋਠੀਆਂ, ਕਿੰਨੇ ਵਧੀਆ ਸੂਟ ਬੂਟ ਪਾਉਣ ਨੂੰ, ਹੈ, ਕਿੰਨਾ ਕਿੰਨੇ ਖਰਚੇ ਵਧਾ ਲਏ ਅਸੀਂ, ਦੇਖੋ ਨਾ, ਤੇ ਅਸੀਂ ਗੰਢਿਆਂ ਵਿੱਚ ਕਲਪੀ ਜਾਂਦੇ ਹਾਂ। ਹੁਣ ਮੈਂ ਇੰਡੀਆ ਰਹਿ ਕੇ ਆਇਆ, ਇੱਕ ਮਹੀਨਾ ਰਹੇ, ਅਸੀਂ 4 ਕਿਲੋ ਗੰਢੇ ਲਏ ਸਾਰੇ, ਅਸੀਂ ਉਹ ਚੋਂ ਵੀ 1/2 ਕਿਲੋ ਬਾਅਦ ਚ ਗਏ, ਮੁੜ ਕੇ ਆਏ ਹਾਂ,
ਚਾਰ ਮੇਰੀਆਂ ਕੁੜੀਆਂ ਨਾਲ ਗਈਆਂ ਸੀ, ਮੀਆਂ ਬੀਬੀ ਗਏ ਸੀਗੇ, 4 ਕਿਲੋ ਗੰਢੇ 7 ਮੁੱਕੇ ਨੇ, 80 ਰੁਪਏ ਕਿਲੋ ਲਏ ਸੀ ਮੈਂ, ਕੀ ਫਰਕ ਪੈਂਦਾ, ਚਾਰ ਕਿਲੋ ਵੱਜ ਹੀ ਗਏ। ਹਾਂ, ਸੋ ਏਦਾਂ ਕਰਕੇ ਹੈਗਾ, ਹਾਂ ਇਹ ਤੇ ਗੱਲ ਬਣ ਗਈ, ਕਹਿਣ ਨੂੰ ਅਸੀਂ ਆਪਣੇ ਖਰਚੇ ਆਪ ਬਹੁਤ ਵਧਾ ਰਹੇ ਆ। ਜੀ ਜੀ, ਬਹੁਤ ਮਿਹਰਬਾਨੀ ਗਿਆਨ ਸਿੰਘ ਜੀ, ਬੜੀ ਮਿਹਰਬਾਨੀ ਤੁਹਾਡੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ, ਹਾਂਜੀ ਹਾਂਜੀ, ਸਤਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਾੜਾ ਜਿਹਾ ਹੋਲਡ ਰੱਖਿਓ, ਮਾੜਾ ਜਿਹਾ ਹੋਲਡ ਰੱਖਿਓ, ਗੱਲਬਾਤ ਕਾਲਾਂ ਬਹੁਤ ਡਰੋਪ ਹੋ ਗਈਆਂ, ਵਿੱਚ ਚੱਲਦੀ ਕਾਲ ਦੇ ਵਿੱਚ ਹੋਲਡ ਹੁੰਦਾ ਨਹੀਂ। ਹਾਂਜੀ, ਹੁਣ ਆਪਣਾ ਸੁਰਿੰਦਰ ਸਿੰਘ ਜੀ, ਹੁਣ ਬੋਲੋ। ਪਿਆਜ਼ ਪੂਜ ਕਹਿੰਦੇ ਮਹਿੰਗੇ ਹੋ ਗਏ ਕਾਫੀ, ਪਿਆਜ਼ ਵੀ ਆਲੂ ਵੀ ਹੁਣ ਮਹਿੰਗੇ ਹੋ ਗਏ, ਪਰ ਮੈਂ ਗੱਲ ਜਿਹੜੀ ਕਰਦਾ ਸੀ ਵੀ ਪਹਿਲਾਂ ਆਪਣੇ ਰਿਵਾਜ਼ ਹੁੰਦਾ ਸੀ ਵੀ ਘਰੇ ਖਾਣ ਪੀਣ ਜੋਗਾ ਤਾਂ ਖੇਤੀ ਉੱਨੀ ਕੁ, ਚਾਹੇ ਥੋੜ੍ਹੀ ਜ਼ਮੀਨ ਹੈ ਚਾਹੇ ਬਾਹਲੀ ਆ, ਕਰ ਲੈਂਦੇ ਸੀ ਬੰਦਾ। ਉਹ ਕਨਾਲ ਕਿੱਥੇ ਰੱਖਿਆ ਹੁੰਦਾ ਸੀ, ਉਹਦੇ ਵਿੱਚ ਦੇ ਸਾਰੀਆਂ ਸਿਆਲੂ ਸਬਜ਼ੀਆਂ ਵੀ ਗਰਮੀਆਂ ਦੀਆਂ ਵੀ ਉੱਥੋਂ ਹੀ ਚੱਲਦੀ, ਉਹਨੇ ਕਦੇ ਕੋਈ ਮੁੱਲ ਤਾਂ ਸਬਜ਼ੀ ਲਿਆਉਂਦੇ ਨੇ ਜਦ ਆਪਾਂ ਛੋਟੇ ਛੋਟੇ ਹੁੰਦੇ ਸੀ, ਹੁਣ ਤਾਂ ਕੋਈ ਲਾਉਂਦਾ ਨਹੀਂ ਕਰਦਾ ਨਹੀਂ, ਬਜ਼ੁਰਗ ਹੀ ਕਰਦੇ ਸੀ। ਇਹਦਾ ਕਾਰਨ ਕੀ ਹੈ, ਇਹਦੇ ਕਾਰਨ ਕੀ ਹੈ ਕਿ ਹੁਣ ਅਸੀਂ ਆਪਣੇ ਖਾਣ ਪੀਣ ਜੋਗਾ ਵੀ ਨਹੀਂ ਲਾ ਸਕਦੇ, ਤਾਂ ਫਿਰ ਕੀ ਕਰਨਾ ਕੀ ਅੱਗੇ? ਕਾਰਨ ਕੰਮ ਕਰਨ ਨੂੰ ਹਟ ਗਿਆ, ਹੁਣ ਇੱਧਰ ਕਈ ਬੰਦੇ ਜਿਹਨਾਂ ਕੋਲ ਜਾੜਾਂ ਵੱਡੀਆਂ ਉਹਨਾਂ ਸਬਜ਼ੀ ਮੁੱਕਣੇ ਦਿੰਦੇ, ਉਹ ਸਾਡੇ ਅਲੋਸਮੈਂਟ ਮਾਸੜ ਜੀ ਸੀਗੇ ਲੱਛਰ ਬ੍ਰਦਰ ਆ, ਤੇ ਉਹਨਾਂ ਜਾੜ ਦੇ ਵਿੱਚ ਉਹ ਨੀ ਦੇਖ ਲਓ, ਉਹਨਾਂ ਥੱਲੇ ਬਹਿਣਾ 100 ਕੁਰਸੀ ਡਾਈ ਸੀ, ਉਹ ਕੁਰਸੀਆਂ ਤੇ ਬਹਿ ਬਹਿ ਕੇ ਕਰਦਾ ਕੁਰਦਾ ਨਾ ਗੁੱਡ ਕੇ ਸਾਰੇ ਘਰਾਂ ਚ ਉਹਨੀ ਸਬਜ਼ੀ ਵੰਡੀ ਜਾਣੀ, ਸਾਰੇ ਅੱਡ ਅੱਡ ਕਿਲੋ ਕਿਲੋ ਦਾ ਇਕੱਠਾ ਹੁੰਦਾ ਸੀ। ਮਿਹਨਤ ਕਰਨੋਂ ਹਟ ਗਿਆ ਸੀ, ਇਹ ਚੀਜ਼ਾਂ ਮੰਗਦੀਆਂ ਨੇ ਮਿਹਨਤ, ਤੇ ਮਿਹਨਤ ਅਸੀਂ ਕਰਨੋਂ ਜਿਹੜੀ ਉਹ ਹਟ ਗਏ ਆ। ਜੀ ਸੁਰਿੰਦਰ ਸਿੰਘ ਜੀ, ਹਾਂਜੀ, ਕਹਿੰਦੇ ਮੇਰੇ ਰੰਗਲੇ ਪੰਜਾਬ ਤਾਂ ਵਿਰਸਾ ਹੀ ਸ਼ਾਨ, ਜਿੱਥੇ ਜੱਟ ਸੀ ਸੁਹਾਗੇ ਉੱਤੇ ਚੜਿਆ ਨਾ ਮਾਣ, ਪੈਰੀ ਮਾਰ ਲਈ ਕੁਹਾੜੀ ਕੀਤਾ ਆਪ ਨੁਕਸਾਨ, ਕਿੱਥੋਂ ਲੱਭੀਏ ਤੇ ਸਭ ਕੁਝ ਹੋ ਗਿਆ ਬਿਰਾਨ, ਇਹ ਤਾਂ ਸਾਡੀ ਬੜੀ ਭੁੱਲ ਗਏ ਫੈਸ਼ਨਾਂ ਤੇ ਡੁੱਲ, ਛੋਪ ਕੱਤਿਆ ਮੈਂ ਦਾਦੀ ਦਾ ਦਿਖਾਵਾਂ ਕੁੜੀਓ, ਮੈਂ ਵੀ ਤੱਕਲੇ ਤੇ ਤੰਦ ਪਾ ਕੇ ਵੇਖਣਾ, ਕਿੱਥੋਂ ਚਰਖਾ ਮੈਂ ਲੱਭ ਕੇ ਲਿਆ ਮੈਂ ਕੁੜੀਓ, ਚੰਦਰੇ ਜਵਾਨੇ ਨੇ ਤਾਂ ਪੁੱਠੀ ਚੱਲੀ ਚਾਲ ਕੀਤਾ, ਸਭ ਕੁੰਮ ਹੋਰ ਰੱਖਿਆ ਸੰਭਾਲ, ਤਾਈਓ ਪਹਿਣ ਫਟਕਾਰਾਂ ਸਾਡਾ ਹੋਇਆ ਮੰਦਾ ਹਾਲ, ਮਾਂ ਲੜਦੀ ਹੈ ਧੀਏ ਤੂੰ ਕਟਾਏ ਕਾਹਤੋਂ ਬਾਲ, ਨਾ ਕੋਈ ਕੱਢੇ ਫੁਲਕਾਰੀ ਚੁੰਨੀ ਲਾਹ ਕੇ ਪਰਾਂ ਮਾਰੀ, ਇਹ ਤਾਂ ਮਾਪਿਆਂ ਨੂੰ ਮਿਲੀਆਂ ਸਜਾਵਾਂ ਕੁੜੀਓ, ਮੈਂ ਵੀ ਤੱਕਲੇ ਤੇ ਤੰਦ ਪਾ ਕੇ ਵੇਖਣਾ, ਕਿੱਥੋਂ ਚਰਖਾ ਮੈਂ ਲੱਭ ਕੇ ਲਿਆਵਾਂ ਕੁੜੀਓ, ਧੀਏ ਸਹੁਰੇ ਘਰ ਜਾਣਾ ਕੁਝ ਸਿੱਖ ਕੇ ਤੂੰ ਜਾਮੀ, ਸਭ ਸਾਂਭ ਕੇ ਤੂੰ ਰੱਖਿਆ ਮੈਂ ਲਾਜ ਨਾ ਲੁਆਮੀ, ਸੱਸਾਂ ਕਹਿੰਦੀਆਂ ਬਥੇਰਾ ਮੱਥੇ ਵੱਟ ਨਾ ਤੂੰ ਪਾਵੀਂ, ਫਿਰ ਮਾਣ ਤਾਣ ਵਧੇ ਬਾਕੀ ਪੈਰੀ ਹੱਥ ਲਾਮੀ, ਉਦੋਂ ਕੀਤਾ ਨਾ ਖਿਆਲ ਗੱਲ ਬਾਤੀ ਦੋ ਦੇ ਮਟਾਲ, ਕੀਤੀ ਗਲਤੀ ਨੂੰ ਕਿਵੇਂ ਭੁਲਾ ਜਾਵਾਂ ਕੁੜੀਓ, ਮੈਂ ਵੀ ਤੱਕਲੇ ਤੇ ਤੰਦ ਪਾ ਕੇ ਵੇਖਣਾ, ਕਿੱਥੋਂ ਚਰਖਾ ਮੈਂ ਲੱਭ ਕੇ ਲਿਆਵਾਂ ਕੁੜੀਓ, ਮੈਨੂੰ ਧੰਨਵਾਦ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਬ੍ਰੇਕ ਦਾ ਸਮਾਂ ਜਿਹੜਾ ਉਹ ਲੰਘਾ ਜਾਂਦਾ ਫਟਾਫਟ, ਟਾਈਮ ਕਰਨਾ ਕਾਫੀ ਅੱਜ ਆ ਰਹੀਆਂ ਨੇ ਇਸ ਗੱਲਬਾਤ ਦੇ ਵਿਸ਼ੇ 'ਤੇ ਗੱਲਬਾਤ ਕਰਨ ਨੂੰ, ਅਤੇ ਫਿਲਹਾਲ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਦੇਖਦੇ ਰਹੇ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ, ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ, ਜਾਣਦੇ ਤੁਹਾਡੇ ਵਿਚਾਰ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ, ਕਾਲ ਇਹ ਮਾਸੀ ਦੀ ਹੈ, ਮਾਸੀ ਫਿਰ ਮੇਰੇ ਨਾਲ ਸਬਜ਼ੀ ਸੁਬਜ਼ੀ ਦੇ ਕੜਛੀ ਮਾਰਨ ਚੱਲ ਜਾਂਦੇ ਵਿੱਚ ਇੱਕ ਫੋਨ ਬੁਲਾ ਕੇ। ਹੈਲੋ, ਹਾਂਜੀ ਪੈਰੀ ਪਹਿਲਾਂ ਜੀ, ਤੁਸੀਂ ਲਾਉਂਦੇ ਸੀ ਖੇਤਾਂ ਦੇ ਵਿੱਚ ਇਦਾਂ ਪਹਿਲਾਂ ਲਾਉਂਦੇ ਸੀ, ਅੱਜ ਕੱਲ ਹਾਂਜੀ ਹਾਂਜੀ ਲਾਉਂਦੇ ਸੀ ਗੰਢੇ, ਤੇ ਜਿਹੜਾ ਸਾਡਾ ਘਰ ਆ ਨਾ ਜੱਗੀ ਸਾਹਿਬ, ਸਾਡਾ ਘਰ ਹੈਗਾ ਬਹੁਤ ਵੱਡਾ, 2 ਵਿਘਾ ਡੇਢ ਵਿਘਾ ਹੈ, ਤੇ ਉਹਦੇ ਵਿੱਚ ਬਹੁਤ ਵੱਡਾ ਘਰ ਪਾਇਆ ਵਾ, ਜਿੰਨਾ ਕੋਲੇ ਪਈ ਆ ਉਹਨਾਂ ਕੋਲੇ ਘਰ ਆ, ਤੇ ਸਾਡੇ ਘਰ ਚ ਗੰਢੇ ਮਟਰ ਅਜੇ ਵੀ ਲੱਗਦੇ ਆ। ਤੇਰਾ ਵਿਸ਼ਾ ਬਹੁਤ ਵਧੀਆ, ਬਹੁਤ ਵਧੀਆ, ਸੁਰਿੰਦਰ ਸਿੰਘ ਕਵਿਤਾ ਬਹੁਤ ਵਧੀਆ ਸੁਣਾਉਂਦਾ, ਤੇ ਤੈ ਕਿਹਾ ਚਾਦਰ ਦੇ ਕੇ ਪੈਰ ਵਸਾਰੋ, ਇੱਕ ਭਜਨੋ ਤੇ ਕਰਤਾਰੋ, ਦੋ ਦੀ ਪੈਣਾ ਦਿੰਦਿਆ ਚੁਗਲੀ। ਚਲੋ ਮਿਹਰਬਾਨੀ ਜੀ, ਬਹੁਤ ਥੈਂਕ ਯੂ ਤੁਹਾਡਾ, ਥੈਂਕ ਯੂ ਜੀ। ਹੈਲੋ ਹੈਲੋ
ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਜਮੀਆ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਬਹੁਤ ਕਿਰਪਾ ਜੀ ਕਿਰਪਾ ਕੌਣ ਬੋਲਦੇ ਠੀਕ ਹੈ ਚਲ ਮੈਂ ਮਾਸਟਰ ਪੂਲ ਸਿੰਘ ਬੋਲ ਰਿਹਾ ਹਾਂਜੀ ਮਾਸਟਰ ਜੀ ਕੀ ਕਹਿਣਾ ਚਾਹੁੰਦੇ ਹਾਂਜੀ ਜਮੀ ਸਾਹਿਬ ਗੱਲ ਇਹ ਆ ਵਾ ਪਹਿਲ ਜਿਹੜੀ ਖੇਤੀ ਹੁੰਦੀ ਉਹ ਬੱਦਲ ਤੇ ਨਿਰਭਰ ਹੁੰਦੀ ਸੀਗੀ ਬਾਰਿਸ਼ ਤੇ ਅੱਛਾ ਜੀ ਜੇ ਬਾਰਿਸ਼ ਹੋ ਗਈ ਤੇ ਖੇਤੀ ਹੋ ਗਈ ਕਾਮਯਾਬ ਨਹੀਂ ਤੇ ਸਭ ਥੋੜੀ ਮਾੜੀ ਹੋਣੀ ਮਾੜੀ ਮੋਟੀ ਹੋਣੀ ਆ ਉਹ ਤੋਂ ਬਾਅਦ ਹੌਲੀ ਹੌਲੀ ਕਰਦਿਆਂ ਖੂਹ ਲੱਗੇ ਤੇ ਫਿਰ ਚਰਸ ਆ ਗਏ ਚਰਸ ਤੋਂ ਬਾਅਦ ਫਿਰ ਹਲਟ ਲੱਗ ਗਏ ਜੋ ਜੋ ਪਾਣੀ ਦੇ ਸਾਧਨ ਵੱਧਦੇ ਗਏ ਸਿੰਜਾਈ ਦੇ ਸਾਧਨ ਵੱਧਦੇ ਗਏ ਤੇ ਖੇਤੀ ਜਿਹੜੀ ਮਾੜੀ ਮੋੜੀ ਹੋਣੀ ਸ਼ੁਰੂ ਹੋ ਗਈ ਤੇ ਫਿਰ ਗੱਠੇ ਗੁੱਠੇ ਅਲਰ ਪਲਰ ਚੀਜ਼ਾਂ ਲੱਗਦੀਆਂ ਗਈਆਂ ਆਪਾਂ ਗੱਲ ਕਰਦੇ ਸੀ ਹੁਣ ਸਾਡੇ ਪੰਜਾਬ ਦੇ ਜਿਹੜੇ ਜ਼ਿਮੀਦਾਰ ਹੈਗੇ ਨੇ ਉਹ ਇਸ ਗੱਲ ਦਾ ਕਿਉਂ ਰੌਲਾ ਪਾ ਰਹੇ ਕਿ ਪਿਆਰ ਉਹ ਮੈਂ ਉਹ ਤਾਂ ਉੱਥੇ ਮੈਂ ਉੱਥੇ ਆਣ ਲਗਾ ਮੈਂ ਉੱਥੇ ਆਣਾ ਫਿਰ ਜਿਉਂ ਜਿਉਂ ਸਿੰਚਾਈ ਦੇ ਸਾਧਨ ਥੋੜੇ ਸੀਗੇ ਛੋਟੀ ਖੇਤੀ ਹੁੰਦੀ ਸੀਗੀ ਜਿਉਂ ਜਿਉਂ ਹੌਲੀ ਹੌਲੀ ਫਿਰ ਟੂਵੈਲ ਬਿਜਲੀ ਆ ਗਈ ਤੇ ਟੂਵੈਲ ਲੱਗ ਗਏ ਫਿਰ ਟੂਵੈਲ ਲੱਗਣ ਨਾਲ ਫਿਰ ਖੇਤੀ ਜਿਹੜਾ ਕਹਿੰਦੇ ਛੋਟੀ ਛੋਟੀ ਕੀ ਕਹਿੰਦੇ ਮੋਟੀ ਕਰੋ ਫਿਰ ਉਦੋਂ ਗ੍ਰੀਨ ਰੈਵੋਲੂਸ਼ਨ ਆ ਗਿਆ ਇਹ ਗ੍ਰੀਨ ਰੈਵੋਲੂਸ਼ਨ ਆਉਣ ਦੇ ਉੱਤੇ ਫਿਰ ਇੱਕ ਜਿਹੜਾ ਖੇਤ ਸੀਗਾ ਜੀ 20-25-30 ਹਜ਼ਾਰ ਰੁਪਇਆ ਖੇਤੀ ਜਿਹੜੀ ਆਮਦਨ ਖੇਤ ਦੇਣ ਲੱਗ ਪਿਆ ਤੇ ਫਿਰ ਇਹਨੇ ਛੋਟੀ ਖੇਤੀ ਕੀ ਪਈ ਜੇ ਕਰਨੀ ਹੈ ਜੀ ਸਾਨੂੰ ਕੀ ਫਾਇਦਾ ਆ ਜਿਮੀਦਾਰ ਸੋਚਣ ਲੱਗ ਪਿਆ ਸੋਚਣਾ ਪਿਆ ਉਹ ਛੋਟੀ ਸੋਚਣ ਸੋਚਣ ਕਰਕੇ ਉਹ ਹੌਲੀ ਹੌਲੀ ਛੋਟੀਆਂ ਜਿਹੜੀਆਂ ਬੀਜਾਂ ਜਿਹੜੀਆਂ ਦਾਲ ਸਬਜ਼ੀਆਂ ਅਲਰ ਪਲਰ ਇਹ ਸਭ ਛੱਡ ਗਿਆ ਅਸੀਂ ਆਪ ਇਹੀ ਕੰਮ ਕਰਦੇ ਰਹੇ ਪਹਿਲਾਂ ਹੁਣ ਤਾਂ ਪਹਿਲਾਂ ਕਰਦੇ ਰਹੇ ਹਾਂ ਮੋਠ ਤੇ ਆ ਮੂੰਗੀ ਦੇ ਮੋਠ ਊਠ ਦਾਲ ਦੂਲ ਅਸੀਂ ਸਭ ਬੀਜਦੇ ਰਹੇ ਹਾਂ ਜਾਂ ਬੀਜਦੇ ਹਾਂ ਛੋਲੇ ਬੀਜਦੇ ਰਹੇ ਹਾਂ ਛੋਲੇ ਜਾਂ ਦਰਦਰ ਬੱਦਲ ਲਸ਼ਕਣੇ ਛੋਲੇ ਸੜ ਜਾਣੇ ਵਿੱਚੋਂ ਤਾਂ ਬਰਬਾਦ ਹੋ ਜਾਣਾ ਹਾਂਜੀ ਮਿਹਰਬਾਨੀ ਮਾਸਟਰ ਜੀ ਬਹੁਤ ਮਿਹਰਬਾਨੀ ਤੁਹਾਡੀ ਹੈਲੋ ਹੈਲੋ ਸਤਿ ਸ੍ਰੀ ਅਕਾਲ ਜਗੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਮਨਜੀਤ ਸਿੰਘ ਜੀ ਹਾਂਜੀ ਮੇਰੀ ਜ਼ੋਰਤ ਚ ਵੀ ਹੈ ਨਾ ਜਿੱਦਾਂ ਸਾਡੇ ਕਨਾਲ ਕੇ ਜਗ੍ਹਾ ਰੱਖ ਲੈਂਦੇ ਸੀ ਤੇ ਸਾਰਾ ਟੱਬਾ ਸਾਰਾ ਸਾਲ ਉੱਥੋਂ ਸਬਜ਼ੀਆਂ ਮੁੱਕਦੀ ਨੀ ਆਂਢ ਗੁਆਂਢ ਵੀ ਕਈ ਹੋ ਜਾਂਦਾ ਸੀਗਾ ਸਾਗ ਤੋੜਨ ਜਾਣ ਦਾ ਰਿਵਾਜ ਹੁੰਦਾ ਸੀ ਪੁੱਛ ਕੇ ਅਗਲਿਆਂ ਨੂੰ ਭਾਈ ਸਾਗ ਤੋੜਨ ਚੱਲੇ ਤੁਹਾਡੇ ਖੇਤਾਂ ਦੇ ਵਿੱਚ ਹਾਂਜੀ ਹਾਂਜੀ ਪਿੰਡਾਂ ਦੀਆਂ ਲੇਡੀਜ਼ ਕੁੜੀਆਂ ਬੁੜੀਆਂ ਜਾਂਦੀਆਂ ਸੀਗੀਆਂ ਹੁਣ ਸਾਗ ਤੋੜਨ ਦੀ ਗੱਲ ਬਹੁਤ ਦੂਰ ਦੀ ਗੱਲ ਹੈ ਬਣਾਉਣ ਦੀ ਵੀ ਅੱਜ ਕੱਲ੍ਹ ਹੈ ਨੀ ਰਿਵਾਜ ਉੱਥੇ ਤੋਂ ਅਜੀਬ ਜਿਹਾ ਆ ਗਿਆ ਮਾਹੌਲ ਅੱਗੇ ਏਦਾਂ ਹੁੰਦੇ ਸੀ ਜਿੱਦਾਂ ਨਾ ਬਹੁਤ ਸਾਰੇ ਆਪਣੇ ਕਈ ਏਦਾਂ ਵੀ ਹੁੰਦੇ ਜਿਹੜੇ ਤੁਹਾਡੇ ਕੰਮ ਬੰਦੇ ਕੰਮ ਕਰਦੇ ਸੀ ਲਾਗੀ ਹੋਏ ਹੋ ਸਾਰੇ ਜਿੱਦਾਂ ਹੁਣ ਜ਼ਿਮੀਦਾਰ ਹੈ ਉਹਨਾਂ ਨੂੰ ਖੁੱਲ ਦੇ ਦਿੰਦੇ ਸੀ ਆ ਕੇ ਸਾਗ ਤੋੜ ਲਈ ਆਓ ਸਬਜ਼ੀਆਂ ਲੈ ਜਾਓ ਮੂਲੀਆਂ ਲੈ ਜਾਓ ਗਾਜਰਾਂ ਲੈ ਜਾਓ ਚਲੋ ਮੇਰ ਮੁੱਖ ਦੀ ਗੱਲ ਹੈ ਜੀ ਇੱਕ ਸਾਨੂੰ ਲਾਲਚ ਆ ਗਿਆ ਇੱਕ ਅਸੀਂ ਹੱਥੀਂ ਕੰਮ ਕਰਨਾ ਜਿਹੜਾ ਛੱਡ ਗਏ ਹਾਂ ਕਰਕੇ ਰਾਜੀ ਨਹੀਂ ਉਹਦਾ ਕਰਕੇ ਇਹ ਚੀਜ਼ਾਂ ਨੌਬਤਾਂ ਆ ਰਹੀਆਂ ਬੜੀ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ ਹੈਲੋ ਕਾਲ ਹੋਰ ਸਬਜ਼ੀਆਂ ਕੀ ਲਾਉਣੀਆਂ ਮੈਂ ਤੁਹਾਨੂੰ ਦੱਸਦਾ ਆਪਣੀ ਮਿਸਾਲ ਆਪਣੇ ਸਾਡੇ ਜ਼ਮੀਨ ਜਿਹੜਾ ਵਾਹੁੰਦਾ ਉਹ ਮੰਜੇ ਤੇ ਬੈਠਾ ਭਈਆ ਗਿਆ ਦੋ ਖੇਤਾਂ ਦੇ ਨੱਕਾ ਮੋੜ ਭਈਏ ਨੂੰ ਵਾਜਾ ਮਾਰਦਾ ਭਈਆ ਆ ਕੇ ਗਾਂ ਦਾ ਗੋਹਾ ਠਾ ਜਾ ਆਪ ਨੀ ਚੱਲੋ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਤੁਹਾਡਾ ਲੰਬੀ ਗੱਲ ਫਿਰ ਕਰਾਂਗੇ ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਬਸ ਪੰਜਾਬੀ ਜੀ ਕਾਲਾਂ ਤੁਹਾਡੀਆਂ ਤੜ ਤੜ ਫਲੈਸ਼ ਕਰ ਰਹੀਆਂ ਨੇ ਇਸ ਵਿਸ਼ੇ 'ਤੇ ਗੱਲਬਾਤ ਕਰਨਾ ਚਾਹੁੰਦੇ ਹੋਣਗੇ ਹੋਰ ਵੀ ਬਹੁਤ ਸਾਰੇ ਦੋਸਤ ਮਿੱਤਰ ਭੈਣ ਭਰਾ ਪਰ ਮੈਂ ਹੁਣ ਮੁਆਫ਼ੀ ਚਾਹੁੰਦਾ ਕਾਲਾਂ ਅੱਜ ਨਹੀਂ ਲੈ ਹੋਣੀਆਂ ਅਤੇ ਕੱਲ੍ਹ ਨੂੰ ਅਸੀਂ ਹੋਵਾਂਗੇ ਵਸੀਲੀਆ ਫਰੀਡਨੋ ਤੋਂ ਅੱਗੇ ਉੱਥੇ ਦਰਸ਼ਨ ਵੇਲੇ ਕਰਾਂਗੇ ਸਾਡੇ ਦੋਸਤ ਮਿੱਤਰ ਜਿਹੜੇ ਹੈਗੇ ਨੇ ਸ਼ਾਮੀ ਫਿਰ ਪ੍ਰੋਗਰਾਮ ਜਿਹੜਾ ਬਕਾਇਦਾ ਹੋਏਗਾ ਅਤੇ ਫਿਲਹਾਲ ਕੋਈ ਵੀ ਗੱਲਬਾਤ ਕਰਨੀ ਚਾਹੋ ਜਾਂ ਕੋਈ ਸੁਨੇਹਾ ਦੇਣਾ ਚਾਹੋ ਜਾਂ ਕੋਈ ਜਾਣਕਾਰੀ ਲੈਣੀ ਚਾਹੋ ਤਾਂ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ ਜਾਂ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-2092-4503-362 ਹਰੇਕ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਪਤਾ